ਇੰਡੀਆ ਨਿਊਜ਼। ਪੰਜਾਬ ਦੀਆਂ ਜੇਲ੍ਹਾਂ ਤੋਂ ਖਬਰਾਂ ਦੀ ਸ਼ੁਰੂਆਤ ਕਰਾਂਗੇ, ਜਿਸ ਦੀ ਹਾਲਤ ਕਾਫੀ ਜ਼ਿਆਦਾ ਖਰਾਬ ਹੋ ਚੁੱਕੀ ਹੈ, ਕਿਉਂਕਿ ਲਗਾਤਾਰ ਵੀਡੀਓ ਜਿਹੜੀਆਂ ਨੇ ਉੱਥੋਂ ਸਾਹਮਣੇ ਆ ਰਹੀਆਂ ਨੇ। ਪੰਜਾਬ ਦੀਆਂ ਜੇਲ੍ਹਾਂ ਦਾ ਹਾਲ ਤੁਹਾਨੂੰ ਵਿਖਾਉਂਦੇ ਹਾਂ ਕਿ ਕੁਝ ਹਾਲਾਤ ਨੇ ਜੋ ਕਿ ਹਾਲ ਹੀ ਦੇ ਵਿੱਚ ਵਿਕਰਮ ਮਜੀਠੀਆ ਵੱਲੋਂ ਵਿਖਾਇਆ ਗਿਆ। ਪੰਜਾਬ ਦੀਆਂ ਜੇਲ੍ਹਾਂ ਦਾ ਹਾਲ ਬੇਹੱਦ ਹੀ ਖਰਾਬ। ਗੈਂਗਸਟਰ ਜੇਲ੍ਹਾਂ ਦੇ ਵਿੱਚ ਜਨਮ ਦਿਨ ਮਨਾਉਂਦੇ ਨੇ, ਜੇਲ੍ਹਾਂ ਦੇ ਵਿੱਚ ਚਰਿਆਮ ਮੋਬਾਈਲ ਫੋਨ ਜਿਹੜੇ ਨੇ ਨਜ਼ਰ ਆ ਰਹੇ ਨੇ, ਜੋ ਵੱਡੀ ਤਾਦਾਦ ਦੇ ਵਿੱਚ ਨੇ। ਸਿਰਫ ਇੱਕ ਫੋਨ ਨਹੀਂ ਬਲਕਿ ਕਈ ਫੋਨ ਇੱਥੇ ਸ਼ਰੇਆਮ ਦਿਖਾਏ ਜਾ ਰਹੇ ਨੇ। ਲਿਵਿੰਗ ਇੰਡੀਆ ਨਿਊਜ਼ 'ਤੇ ਐਕਸਕਲੂਸਿਵ ਤਸਵੀਰਾਂ ਤੁਸੀਂ ਵੇਖ ਪਾਓਗੇ ਕਿਸ ਤਰੀਕੇ ਦੇ ਨਾਲ ਇੱਥੇ ਸ਼ਰੇਆਮ ਲਹਿਰਾਏ ਜਾ ਰਹੇ ਨੇ ਮੋਬਾਈਲ ਫੋਨ, ਜਦਕਿ ਜੇਲ੍ਹਾਂ ਦੇ ਵਿੱਚ ਸੁਧਾਰ ਦੇ ਲਈ ਭੇਜਿਆ ਜਾਂਦਾ। ਕਿ ਸਰਕਾਰ ਦਾ ਜੇਲ੍ਹਾਂ 'ਤੇ ਕੰਟਰੋਲ ਨਹੀਂ ਹੈ, ਇਹ ਫਿਰ ਤੋਂ ਵੱਡਾ ਸਵਾਲ ਖੜ੍ਹਾ ਹੋ ਰਿਹਾ। ਐਕਸਕਲੂਸਿਵ ਤਸਵੀਰਾਂ ਤੁਹਾਨੂੰ ਵਿਖਾਵਾਂਗੇ ਕਿਸ ਤਰੀਕੇ ਦੇ ਨਾਲ ਇੱਥੇ ਸ਼ਰੇਆਮ ਜੇਲ੍ਹਾਂ ਦੇ ਵਿੱਚ ਗੈਂਗਸਟਰ ਜਿਹੜੇ ਨੇ ਆਪਣਾ ਜਨਮ ਦਿਨ ਮਨਾ ਰਹੇ ਨੇ, ਅਤੇ ਉਹ ਵੀ ਜਨਮ ਦਿਨ ਜਿਹੜਾ ਹੈ ਲਾਈਵ ਹੋ ਕੇ ਮਨਾਇਆ ਜਾਂਦਾ ਹੈ ਅਤੇ ਲਾਈਵ ਫੋਨਾਂ 'ਤੇ ਹੋ ਰਹੇ ਨੇ। ਕੁੱਲ ਮਿਲਾ ਕੇ ਜੇਲ੍ਹ ਦੇ ਵਿੱਚ ਰਹਿ ਕੇ ਬਾਹਰ ਦੀ ਦੁਨੀਆ ਦੇ ਨਾਲ ਸਿੱਧਾ ਸੰਪਰਕ ਹੈ ਇਹਨਾਂ ਗੈਂਗਸਟਰਾਂ ਦਾ। ਇਹ ਵੀਡੀਓ ਤੁਸੀਂ ਵੇਖ ਪਾ ਰਹੇ ਹੋ, ਜੱਗੂ ਭਗਵਾਨਪੁਰਾ ਦੀ ਜਿਹੜੀ ਵੀਡੀਓ ਹੈ ਜਨਮ ਦਿਨ ਦੇ ਮੌਕੇ 'ਤੇ ਵੀਡੀਓ ਬਣਾਏਗੀ। ਐਕਸਕਲੂਸਿਵ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਜੋ ਕਿ ਹਾਲ ਹੀ ਦੇ ਵਿੱਚ ਦਿਖਾਈਆਂ ਗਈਆਂ ਸਬੂਤਾਂ ਦੇ ਆਧਾਰ 'ਤੇ ਕਿ ਕੁਝ ਹਾਲਾਤ ਨੇ ਇਸ ਵੇਲੇ ਦੀਆਂ ਜੇਲ੍ਹਾਂ ਦੇ। ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਇੱਥੇ ਜਨਮ ਦਿਨ ਮਨਾਇਆ ਜਾ ਰਿਹਾ ਹੈ। ਸ਼ਰੇਆਮ ਗੈਂਗਸਟਰ ਜਿਹੜੇ ਨੇ ਜੇਲ੍ਹ ਦੇ ਵਿੱਚ ਜਨਮ ਦਿਨ ਮਨਾ ਰਹੇ ਨੇ। ਮੋਬਾਈਲ ਫੋਨ ਇੱਥੇ ਸਾਫ਼ ਤੌਰ 'ਤੇ ਤੁਸੀਂ ਵੇਖ ਸਕਦੇ ਹੋ, ਇੱਕ ਮੋਬਾਈਲ ਫੋਨ ਜਿਸ ਦੇ ਨਾਲ ਵੀਡੀਓ ਬਣ ਰਹੀ ਹੈ, ਅਤੇ ਦੂਸਰਾ ਮੋਬਾਈਲ ਫੋਨ, ਕਈ ਫੋਨ ਇੱਥੇ ਜਿਹੜੇ ਨੇ ਉਹ ਹੋਰਾਂ ਦੇ ਹੱਥਾਂ ਵਿੱਚ ਨੇ, ਅਤੇ ਮੁੰਡੇ ਜਿਹੜੇ ਨੇ ਨੌਜਵਾਨ ਇਕੱਠੇ ਹੋ ਕੇ ਗੈਂਗਸਟਰ ਜਿਹੜੇ ਜੱਗੂ ਭਗਵਾਨਪੁਰੀਆ ਗੈਂਗਸਟਰ ਜਿਸ ਨੂੰ ਅਸੀਂ ਤੁਹਾਨੂੰ ਤਸਵੀਰਾਂ ਵਿੱਚ ਵਿਖਾ ਰਹੇ ਹਾਂ, ਸਾਫ਼ ਤੌਰ 'ਤੇ ਕਿਸ ਤਰੀਕੇ ਦੇ ਨਾਲ ਇੱਥੇ ਜੇਲ੍ਹਾਂ ਦੇ ਵਿੱਚ ਸ਼ਰੇਆਮ ਗੈਂਗਸਟਰ ਜਨਮ ਦਿਨ ਮਨਾ ਰਹੇ ਨੇ, ਅਤੇ ਖਾਸ ਤੌਰ 'ਤੇ ਉਸਦੀ ਵੀਡੀਓ ਜਿਹੜੀ ਹੈ ਰਿਕਾਰਡ ਕਰਕੇ ਉਹ ਵਾਇਰਲ ਵੀ ਕੀਤੀ ਜਾਂਦੀ ਹੈ। ਲਾਈਵ ਹੋ ਕੇ ਜੇਲ੍ਹਾਂ ਦੇ ਵਿੱਚ ਉਹ ਗੈਂਗਸਟਰ ਜਿਹੜੇ ਨੇ ਆਮ ਤੌਰ 'ਤੇ ਆਪਣਾ ਪੱਖ ਰੱਖਦੇ ਹੋਏ ਆ ਗੱਲਬਾਤ ਕਰਦੇ ਹੋਏ ਨਜ਼ਰ ਆਉਂਦੇ ਨੇ। ਸਿੱਧਾ ਨੈਟਵਰਕ ਜਿਹੜਾ ਉਹ ਨਜ਼ਰ ਆਉਂਦਾ ਹੈ ਜੋ ਬਾਹਰਲੀ ਦੁਨੀਆ ਦੇ ਨਾਲ ਇਹਨਾਂ ਗੈਂਗਸਟਰਾਂ ਦਾ, ਅਤੇ ਗੈਂਗਸਟਰ ਜੇਲ੍ਹਾਂ ਦੇ ਵਿੱਚ ਬੈਠ ਕੇ ਹੀ ਆਪਣਾ ਨੈਟਵਰਕ ਬਣਾ ਕੇ ਹੋਰ ਤਸਕਰੀ ਦੀ ਵਾਰਦਾਤ ਕਹਿ ਲਈਏ ਜਾਂ ਫਿਰ ਕਤਲ ਦੀਆਂ ਵਾਰਦਾਤਾਂ, ਹਰ ਤਰ੍ਹਾਂ ਦਾ ਕ੍ਰਾਈਮ ਇੱਥੇ ਕਰਦੇ ਨਜ਼ਰ ਆਉਂਦੇ ਨੇ। ਸੋ ਉਸ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਹੋ ਰਹੇ ਨੇ ਕਿ ਹਾਲਾਤ ਕੀ ਕੁਝ ਨੇ ਫਿਲਹਾਲ ਦੀਆਂ ਜੇਲ੍ਹਾਂ ਦੇ। ਜੇਲ੍ਹਾਂ ਦੇ ਵਿੱਚ ਮੋਬਾਈਲ ਸਾਫ਼ ਤੌਰ 'ਤੇ ਵੇਖ ਸਕਦੇ ਹੋ, ਅਤੇ ਤਸਵੀਰਾਂ ਵੇਖ ਰਹੇ ਹੋ, ਜੱਗੂ ਭਗਵਾਨਪੁਰੀਆ ਦੀ ਤਸਵੀਰ ਤੁਹਾਨੂੰ ਵਿਖਾ ਰਹੇ ਹਾਂ। ਜੱਗੂ ਭਗਵਾਨਪੁਰੀਆ ਨੀਲੀ ਸ਼ਰਟ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ, ਜਿਸ ਦਾ ਜਨਮਦਿਨ ਇੱਥੇ ਮਨਾਇਆ ਜਾ ਰਿਹਾ ਖੁਸ਼ੀਆਂ ਦੇ ਨਾਲ, ਗੈਂਗਸਟਰ ਦਾ ਜਨਮਦਿਨ। ਐਕਸਕਲੂਸਿਵ ਤਸਵੀਰਾਂ ਲਿਵਿੰਗ ਇੰਡੀਆ ਨਿਊਜ਼ 'ਤੇ ਤੁਹਾਨੂੰ ਵਿਖਾ ਰਹੇ ਹਾਂ, ਜਿਸ ਨੂੰ ਕਿ ਵਿਖਾਇਆ ਗਿਆ ਵਿਕਰਮ ਮਜੀਠੀਆ ਦੇ ਵੱਲੋਂ ਸਬੂਤਾਂ ਦੇ ਤੌਰ 'ਤੇ, ਅਤੇ ਵੱਡੇ ਸਵਾਲ ਕੀਤੇ ਗਏ। ਦੂਸਰੀ ਤਸਵੀਰ ਵੇਖ ਪਾ ਰਹੇ ਹੋ ਤੁਸੀਂ ਜੱਗੂ ਭਗਵਾਨਪੁਰੀਆ ਦੀ,
ਜੱਗੂ ਭਗਵਾਨਪੁਰੀਆ ਦੀ ਦੂਸਰੀ ਤਸਵੀਰ ਅਤੇ ਪਹਿਲੀ ਤਸਵੀਰ ਵਿੱਚ ਜਨਮ ਦਿਨ ਮਨਾਇਆ ਜਾ ਰਿਹਾ। ਜਨਮ ਦਿਨ ਵੀ ਬਾਹਰਲੀ ਦੁਨੀਆ ਵਿੱਚ ਨਹੀਂ ਬਲਕਿ ਜੇਲ੍ਹ ਦੀ ਦੁਨੀਆ ਵਿੱਚ, ਜੇਲ੍ਹ ਦੇ ਵਿੱਚ ਮਨਾਇਆ ਜਾ ਰਿਹਾ। ਸਿੱਧੇ ਤੌਰ 'ਤੇ ਜਿੱਥੇ ਸੁਧਾਰਾਂ ਦੇ ਲਈ ਇਹਨਾਂ ਗੈਂਗਸਟਰਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਜਾਂਦਾ ਤਾਂ ਕਿ ਕੁਝ ਜਿਹੜਾ ਆਮ ਹੋ ਸਕਣ ਅਤੇ ਵਾਰਦਾਤਾਂ ਤੋਂ ਤੌਬਾ ਕਰ ਸਕਣ। ਪਰ ਵੱਡੇ ਗੈਰ ਕਾਨੂੰਨੀ ਹਾਲਾਤ ਜਿਹੜੇ ਨਜ਼ਰ ਆ ਰਹੇ ਨੇ, ਕਾਨੂੰਨ ਆਪਣੇ ਹੱਥ ਵਿੱਚ ਲੈ ਰਹੇ ਨੇ, ਉਸ ਦੀ ਸਾਫ਼ ਤੌਰ 'ਤੇ ਤਸਵੀਰ ਸਬੂਤਾਂ ਦੇ ਤੌਰ 'ਤੇ ਵੇਖ ਪਾ ਰਹੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਇੱਥੇ ਜਨਮ ਦਿਨ ਸ਼ਰਿਆਮ ਮੰਨ ਰਿਹਾ। ਵੱਡੇ ਸਵਾਲ ਇੱਥੇ ਜ਼ਰੂਰ ਖੜ੍ਹੇ ਹੁੰਦੇ ਨੇ, ਬੇਸ਼ੱਕ ਉਹ ਜੇਲ੍ਹ ਪ੍ਰਸ਼ਾਸਨ ਹੋਵੇ ਜਾਂ ਫਿਰ ਜੇਲ੍ਹ ਮੰਤਰੀ ਸਾਹਿਬ ਹੋਣ, ਕਿਉਂਕਿ ਜੇਲ੍ਹ ਮੰਤਰੀ ਜੀ ਅਤੇ ਸੁਖਜਿੰਦਰ ਰੰਧਾਵਾ ਜੀ 'ਤੇ ਸਵਾਲ ਚੁੱਕੇ ਗਏ ਨੇ ਵਿਕਰਮ ਮਜੀਠੀਆ ਦੇ ਵੱਲੋਂ। ਉਹਨਾਂ ਨੇ ਸਾਫ਼ ਤੌਰ 'ਤੇ ਕਿਹਾ ਕਿ ਕੁਝ ਕਾਰਗੁਜ਼ਾਰੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ, ਕਿਉਂਕਿ ਆਮ ਤੌਰ 'ਤੇ ਹਾਲਾਤ ਜਿਹੜੇ ਨੇ ਇਹ ਨਜ਼ਰ ਆ ਰਹੇ ਨੇ। ਪਰ ਦੱਸ ਦਈਏ ਕਿ ਕੁਝ ਜੇਲ੍ਹਾਂ ਅਜਿਹੀਆਂ ਨੇ ਜਿੱਥੇ ਕਿ CRPF ਜਿਹੜੀ ਹੈ ਕੁਝ ਜੇਲ੍ਹਾਂ ਦੇ ਵਿੱਚ ਤੈਨਾਤ ਕੀਤੀ ਗਈ ਹੈ, ਜਿਸ ਨੂੰ ਲੈ ਕੇ ਸਾਫ਼ ਤੌਰ 'ਤੇ ਵੱਡੇ ਸਵਾਲ ਖੜ੍ਹੇ ਹੋਏ ਨੇ। 3 ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ। ਜੇਲ੍ਹਾਂ ਦੇ ਵਿੱਚ ਫੋਨ ਤੁਸੀਂ ਵੇਖ ਸਕਦੇ ਹੋ ਆਮ ਲਹਿਰਾ ਰਹੇ ਨੇ। ਦੂਸਰੀ ਤਸਵੀਰ ਅਕਾਲੀ ਦਲ 'ਤੇ ਸਵਾਲ ਜਿਹੜੇ ਪੁੱਛੇ ਗਏ ਨੇ, ਸਵਾਲ ਜਿਹੜੇ ਨੇ ਉਹੀ ਵੀਡੀਓ ਦਿਖਾ ਕੇ ਪੁੱਛੇ ਗਏ ਨੇ ਜੋ ਤੁਸੀਂ ਅਸੀਂ ਤੁਹਾਨੂੰ ਪਹਿਲੀ ਤਸਵੀਰ ਦੇ ਵਿੱਚ ਵਿਖਾ ਰਹੇ ਹਾਂ। ਜਸ਼ਨ ਮਨਾ ਕੇ ਪੁੱਛਿਆ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਇੱਥੇ ਹਾਲਾਤ ਨੇ ਜੇਲ੍ਹਾਂ ਦੇ ਅਤੇ ਤੀਸਰੀ ਤਸਵੀਰ CRPF ਜੇਲ੍ਹਾਂ ਦੇ ਵਿੱਚ ਤੈਨਾਤ ਕੀਤੀ ਗਈ ਹੈ। ਲੁਧਿਆਣਾ ਦੀ ਗੱਲ ਕਰੀਏ, ਹੋਰ ਕਈ ਜੇਲ੍ਹਾਂ ਅਜਿਹੀਆਂ ਨੇ ਜਿੱਥੇ ਕਿ CRPF ਤੈਨਾਤ ਕੀਤੀ ਗਈ ਹੈ। ਵੱਡੇ ਸਵਾਲ ਖੜ੍ਹੇ ਕੀਤੇ ਗਏ ਨੇ ਵਿਕਰਮ ਮਜੀਠੀਆ ਦੇ ਵੱਲੋਂ, ਜੋ ਬਕਾਇਦਾ ਇੱਕ ਵੀਡੀਓ ਸਬੂਤਾਂ ਦੇ ਤੌਰ 'ਤੇ ਪੇਸ਼ ਕੀਤੀ ਗਈ ਹੈ ਕਿ ਜੇਲ੍ਹਾਂ ਦੇ ਵਿੱਚ ਜਨਮ ਦਿਨ ਮਨਾਏ ਜਾ ਰਹੇ ਨੇ ਅਤੇ ਆਮ ਜਿਹੜੇ ਉੱਥੇ ਫੋਨ ਹੈਗੇ ਨੇ ਉਹ ਨਜ਼ਰ ਆ ਰਹੇ ਨੇ। ਸੁਣਦੇ ਇੱਕ ਵਾਰ ਕੀ ਕੁਛ ਕਿਹਾ। ਇੱਕ ਮੈਂ ਦੋ ਗੱਲਾਂ ਸ਼ੁਰੂ 'ਚ ਕੀਤੀਆਂ ਜਿਹੜੀ ਵਿੱਚ ਰਹਿ ਗਈ, ਮੈਂ ਕਿਹਾ ਜਾਂ ਥਰੈਟ ਆਉਣਗੇ ਅਤੇ ਜਾਂ ਪੋਸਟਾਂ ਡਿਲੀਟ ਹੋਣਗੀਆਂ। ਮੈਨੂੰ ਭਗਵਾਨਪੁਰੀਏ ਦਾ ਪੇਜ ਡਿਲੀਟ ਹੋ ਗਿਆ, ਉਹ ਵੀ ਮੈਂ ਦੱਸ ਕੇ ਆਇਆ। ਔਰ ਜੱਗੂ ਮੈਨੂੰ ਹਰਜੀਤ ਕੌਰ ਉਹਦੀ ਮਾਤਾ ਸੁੱਖੀ ਰੰਧਾਵਾ 'ਤੇ ਮੈਕਸੇਜ ਫੈਲ ਰਿਹਾ। ਦੂਜੇ ਪਾਸੇ ਇਹ ਸੁੱਖਾ ਰਾਜੂ ਦੇ ਜਿਹੜੇ ਮੈਂ ਉਦਣ ਦਿੱਤੇ ਸੀ, ਬਲੋਕ ਸੰਮਤੀ ਮੈਂਬਰ ਹੈ ਬੱਬੂ, ਆ ਬੈਠਿਆ ਆਹ ਬਲੋਕ ਸੰਮਤੀ, ਆਹ ਕਵਲ ਆ, ਕਵਲ ਅਤੇ ਮਨਜੋਤ ਆ ਨਾਲ, ਆ ਬੈਠੇ ਆ, ਆਹ ਬੈਠੇ ਆਹ ਉਹਦਾ ਆ ਰਿਹਾ, ਆਹ ਬੱਬੂ ਸੁੱਖਾ ਰਾਜੂ ਜਿਹਨੂੰ ਬਲੋਕ ਸੰਮਤੀ ਦੀ ਟਿਕਟ ਦਿੱਤੀ ਹੈ, ਇਹ ਉਹਦਾ ਭਤੀਜਾ ਕਵਲ ਜੀ ਦੀ ਹਰ ਉਹ ਵੀਡੀਓ ਜਿਹੜੀ ਮੈਂ ਉਦਣ ਦਿੱਤੀ, ਨਹੀਂ ਤਾਂ ਹੁਣ ਫਿਰ ਸੁਣਾ ਦਿੰਦੇ ਹੋ ਮਾੜੀ ਜੀ ਸੁਣਾ ਦੇ।
ਜਿਸ 'ਚ ਇੱਕ ਇੱਕ ਕਬੱਡੀ ਦੀ ਰੇਟ 'ਤੇ $100 ਤੁਹਾਨੂੰ ਸੁਣਨ ਦੀ ਲੋੜ ਆ ਕਿ ਹੈਗੀ ਤੁਹਾਡੇ ਕੋਲ ਆ ਗਈ ਹੈ ਜੀ ਹੈਗੀ ਹੈ $100 ਇੱਕ ਰੇਟ ਦਾ ਮਤਲਬ ਕਿ ਇੱਕ ਕਬੱਡੀ ਕੱਪ 'ਚ ਔਰ ਉਹ 'ਚ ਵਿਨਿੰਗ ਇਨਾਮ $5,000 ਲੈ ਦੇ ਕੇ 20-20 ਲੱਖ ਇੱਕ ਮੈਚ 'ਚ ਖੇਡਦੇ ਔਰ ਸ਼ਰੇਆਮ ਕਹਿੰਦੇ ਕਿ ਇਹ ਰੇਟ ਲੱਗਣ ਲੱਗੀ ਹੈ ਸੁੱਖਾ ਰਾਜੂ ਮਨਜੋਤ ਕਮਲ ਦਾ ਨਾਂ ਲੈ ਕੇ ਨਾਲ ਜੱਗੂ ਭਗਵਾਨ ਪੁਰੀ ਫਿਰ ਕਲੱਬ ਬਣਾਇਆ ਉਹ ਕਲੱਬ 'ਚ ਕੋਈ ਤਗੜਾ ਖਿਡਾਰੀ ਹੋਰ ਕਿੱਥੇ ਖੇਡ ਨਹੀਂ ਸਕਦਾ ਮੈਂ ਸਾਰੀ ਚੀਜ਼ਾਂ ਦੇ ਕੇ ਆਇਆ ਕਿ ਐਡਾ ਵੱਡਾ ਨੈਕਸੇ ਚੱਲ ਰਿਹਾ MLA ਨੂੰ ਇਹਨਾਂ ਨੇ ਥ੍ਰੈਟ ਕਰਨਾ ਸ਼ੁਰੂ ਕਰਤਾ ਔਰ ਤੇ ਕਹਿ ਰਿਹਾ DGP ਸਾਹਿਬ ਥੋੜ੍ਹੇ ਘਬਰਾਏ ਤਾਂ ਹੈ ਮਗਰ ਉਹਨਾਂ ਨੇ ਤਾਂ ਫਿਰ ਇਹੀ ਕਹਿਣਾ ਨਹੀਂ ਤਾਂ ਗੱਲ DGP 'ਤੇ ਆਉਣੀ ਹੈ ਖੀਤ ਇਸ ਲਈ ਅਸੀਂ ਅੱਜ ਹੀ ਡਿਮਾਂਡ ਵਿਕਰਮ ਮਜੀਠੀਆ ਆਪਣਾ ਪੱਖ ਰੱਖ ਰਹੇ ਸਨ ਜੋ ਕਿ ਵਫਦ ਮਿਲਣ ਆਇਆ ਸੀ DGP ਨੂੰ ਅਤੇ ਸਾਫ਼ ਤੌਰ 'ਤੇ ਇਸ ਵੇਲੇ ਦੇ ਹਾਲਾਤਾਂ ਦੇ ਵੱਲ ਇਹਨਾਂ ਨੇ ਨਜ਼ਰ ਜਿਹੜੀ ਹੈ ਉਹ ਕਿਹਾ ਕਿ ਦੇਖਿਆ ਜਾਵੇ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇ ਕਿ ਕਿਉਂ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਗਮਗਾਈ ਹੋਈ ਹੈ ਸਿੱਧੇ ਤੌਰ 'ਤੇ ਕਾਂਗਰਸ 'ਤੇ ਨਿਸ਼ਾਨੇ ਸਾਧੇ ਜਾ ਰਹੇ ਨੇ ਖਾਸ ਤੌਰ 'ਤੇ ਇੱਥੇ ਪੂਰੇ ਸਵਾਲਾਂ ਦੇ ਘੇਰੇ ਵਿੱਚ ਆਏ ਨੇ ਕਟਹਿਰੇ ਦੇ ਵਿੱਚ ਆਏ ਨੇ ਸੁਖਜਿੰਦਰ ਰੰਧਾਵਾ ਜੋ ਕਿ ਜੇਲ੍ਹ ਪ੍ਰਸ਼ਾਸਨ ਵੀਰਾਂ ਦੇ ਹੇਠ ਹੈ ਅਤੇ ਨਾਲ ਹੀ ਇਹਨਾਂ ਨੇ ਸੰਬੰਧ ਵੀ ਦੱਸੇ ਨੇ ਜੱਗੂ ਭਗਵਾਨ ਪੁਰੀ ਦੇ ਨਾਲ ਪਰਿਵਾਰਕ ਮੈਂਬਰਾਂ ਦੇ ਵੀ ਨਾਲੇ ਜਾ ਰਹੇ ਨੇ ਬਕਾਇਦਾ ਤੁਹਾਨੂੰ ਸੁਣਵਾ ਰਹੇ ਸੀ ਕਿ ਕੁਝ ਕਿਹਾ ਗਿਆ ਕਿਉਂਕਿ ਜਦੋਂ ਵਫਦ ਨੇ ਮੁਲਾਕਾਤ ਕੀਤੀ DGP ਦੇ ਨਾਲ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਸਾਰਾ ਵੇਰਵਾ ਜਿਹੜਾ ਹੈਗਾ ਵਿਕਰਮ ਮਜੀਠੀਆ ਦੇ ਵੱਲੋਂ ਦਿੱਤਾ ਗਿਆ ਇਸ ਦੇ ਵਿੱਚ ਉਹਨਾਂ ਨੇ ਆਮ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਸੰਬੰਧ ਨੇ ਅਤੇ ਨਾਲ ਵੀਡੀਓ ਬਕਾਇਦਾ ਦਿਖਾ ਕੇ ਦੱਸਿਆ ਗਿਆ ਕਿ ਆਮ ਜੇਲ੍ਹਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਇੱਥੇ ਜਸ਼ਨ ਮਨਾਏ ਜਾ ਰਹੇ ਨੇ ਅਤੇ ਪੇਜ ਜਿਹੜਾ ਉਹ ਡਿਲੀਟ ਹੋ ਗਿਆ ਸਭ ਵੇਰਵਾ ਦਿੱਤਾ ਗਿਆ ਸਿੱਧੇ ਤੌਰ 'ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹਾਲਾਂਕਿ ਅੱਜ ਨਹੀਂ ਸਿਰਫ ਬਲਕਿ ਕਰੀਬ 3-4 ਦਿਨਾਂ ਤੋਂ ਲਗਾਤਾਰ ਇਲਜ਼ਾਮਾਤ ਲਗਾਏ ਜਾ ਰਹੇ ਨੇ ਲਗਾਤਾਰ ਇਹ ਸਵਾਲ ਚੁੱਕ ਰਹੇ ਨੇ ਕਾਂਗਰਸ ਪਾਰਟੀ ਦੇ ਕਿਉਂਕਿ ਉਹ ਸਾਬਕਾ ਸਰਪੰਚ ਜਿਹੜਾ ਹੈ ਉਸਦੇ ਕਾਤਲਾਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਕੋਈ ਸਖਤੀ ਦੇ ਨਾਲ ਪੇਸ਼ ਨਹੀਂ ਆਇਆ ਗਿਆ ਕਿਉਂਕਿ ਸਿੱਧੇ ਤੌਰ 'ਤੇ ਕਾਂਗਰਸ ਪਾਰਟੀ ਆਪਣੀ ਸ਼ੈ 'ਤੇ ਇਹਨਾਂ ਮੁਲਜ਼ਮਾਂ ਨੂੰ ਬਚਾ ਰਹੀ ਹੈ ਸਾਫ਼ ਤੌਰ 'ਤੇ ਇਹ ਸਵਾਲ ਚੁੱਕਦੇ ਨਜ਼ਰ ਆ ਰਹੇ ਨੇ ਕਾਂਗਰਸ ਪਾਰਟੀ 'ਤੇ ਸੱਤਾਧਾਰੀ ਪਾਰਟੀ 'ਤੇ ਕਿ ਇਹਨਾਂ ਦੀ ਜਿਹੜੀ ਨਿਗਰਾਨੀ ਹੈ ਉਹ ਸਾਫ਼ ਤੌਰ 'ਤੇ ਇਸੇ ਹੀ ਹਾਲਾਤਾਂ 'ਤੇ ਲੱਗੀ ਹੋਈ ਹੈ ਕਿ ਆਮ ਤੌਰ 'ਤੇ ਜਿਹੜਾ ਕਾਨੂੰਨੀ ਵਿਵਸਥਾ ਹੈਗੀ ਹੈ ਉਹ ਚਰਮਰਾਈ ਹੋਈ ਹੈ ਜਿਸ ਨੂੰ ਲੈ ਕੇ ਲਗਾਤਾਰ ਸਵਾਲ ਚੁੱਕ ਰਹੇ ਅਤੇ ਮੰਗ ਪੱਤਰ ਸੌਂਪਿਆ ਗਿਆ DGP ਨੂੰ ਕਿ ਸਿੱਧੇ ਤੌਰ 'ਤੇ ਕਾਰਵਾਈ ਜਿਹੜੀ ਹੈ ਉਹ ਸਖਤੀ ਦੇ ਨਾਲ ਹੋਣੀ ਚਾਹੀਦੀ ਹੈ ਸਾਬਕਾ ਸਰਪੰਚ ਅਕਾਲੀ ਦਲ ਦਾ ਜਿਸ ਤੋਂ ਬਾਅਦ ਇਹਨਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ ਜਿਸਦਾ ਕਤਲ ਕੀਤਾ ਗਿਆ ਘਰ ਦੇ ਬਾਹਰ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਪਿੰਡ ਦੇ ਹੀ ਕੁਝ ਲੋਕ ਸਨ ਜਿਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਨਾਲ ਹੀ ਜੱਗੂ ਭਗਵਾਨਪੁਰੇ ਦੀ ਗੱਲ ਕਰੀਏ ਤਾਂ ਲਗਾਤਾਰ ਕਰੀਬ 4 ਦਿਨਾਂ ਤੋਂ ਇਹ ਸਵਾਲ ਚੁੱਕਦੇ ਨਜ਼ਰ ਆ ਰਹੇ ਨੇ ਕਿ ਸੁਖਜਿੰਦਰ ਰੰਧਾਵਾ ਦੇ ਇਹਨਾਂ ਦੇ ਨਾਲ ਸਿੱਧੇ ਸੰਬੰਧ ਨੇ ਅੱਜ ਬਾਕਾਇਦਾ ਵੀਡੀਓ ਜਾਰੀ ਕਰਕੇ ਵੀ ਇਹਨਾਂ ਨੇ ਸਵਾਲ ਚੁੱਕੇ ਨੇ ਕਿ ਹਾਲਾਤ ਕੀ ਕੁਝ ਨੇ ਸੂਬੇ ਦੇ ਖਾਸ ਤੌਰ 'ਤੇ ਕਾਨੂੰਨੀ ਵਿਵਸਥਾ ਦੀ ਗੱਲ ਕੀਤੀ ਜਾਵੇ ਜੇਲ੍ਹ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ
ਜੱਗੂ ਭਗਵਾਨ ਪੁਰੀਏ ਤੇ ਸਿਆਸਤ ਲਗਾਤਾਰ ਪੱਖ ਰਹੀ ਹੈ, ਬੇਸ਼ੱਕ ਉਹ ਸਾਬਕਾ ਸਰਪੰਚ ਦਾ ਮਾਮਲਾ ਹੋਵੇ ਜਾਂ ਗੈਂਗਸਟਰ ਦਾ ਮਾਮਲਾ ਹੋਵੇ। ਖਾਸ ਤੌਰ ਤੇ ਅਕਾਲੀ ਦਲ ਤੇ ਕਾਂਗਰਸ ਆਮੋ ਸਾਹਮਣੇ ਹੋ ਚੁੱਕੇ ਨੇ, ਇੱਕ ਪਾਸੇ ਬਿਕਰਮ ਮਜੀਠੀਆ ਤੇ ਦੂਸਰੇ ਪਾਸੇ ਸੁਖਜਿੰਦਰ ਰੰਧਾਵਾ ਕੀ ਕੁਝ ਕਹਿ ਰਹੇ ਨੇ ਸੁਣਦੇ ਹੋ। ਮਗਰ ਜਿਹੜੀ ਗੱਲ ਤੇ ਹੁਣ ਮੈਂ ਵਾਪਸ ਆ ਰਿਹਾ, ਸੁਖੀ ਰੰਧਾਵਾ ਜੱਗੂ ਭਗਵਾਨ ਪੁਰੀਆ ਗੈਂਗਸਟਰ ਔਰ ਮਿਨਿਸਟਰ ਦਾ ਜਿਹੜਾ ਨੈਕਸਿਸ ਹੈ, ਸੁਖੀ ਜੱਗੂ ਦੀ ਜੋੜੀ ਬਾਰੇ ਅੱਜ ਮੈਂ ਤੁਹਾਨੂੰ ਸਪਸ਼ਟ ਤੌਰ 'ਤੇ ਕੁਛ ਹੋਰ ਖੁਲਾਸੇ ਕਰਨ ਲੱਗਿਆ। ਐਟੀਟਿਊਡ ਵੇਖੋ ਹਿਊਮਨ ਲਾਈਫ ਪ੍ਰਤੀ ਕਿ ਇਹ ਜਿਹੜੀ ਮਰਡਰ ਹੋਇਆ ਇਹਨਾਂ ਦੇ ਹਲਕੇ 'ਚ ਹੋਇਆ, ਇਹਨਾਂ ਦੇ ਪਿੰਡ 'ਚੋਂ 2 ਕਿਲੋਮੀਟਰ ਦੀ ਦੂਰੀ 'ਚ ਹੋਇਆ। ਅੱਜ 7 ਦਿਨ ਬੀਤ ਗਏ, ਅਫਸੋਸ ਕਰਨ ਤੱਕ ਨਹੀਂ ਗਏ। ਜਦੋਂ ਤੁਸੀਂ ਸਹੁੰ ਚੁੱਕ ਲਓ ਅੱਜ ਪੰਜਾਬ ਦੇ ਵਜ਼ੀਰ, ਤੁਹਾਡੀ ਜ਼ਿੰਮੇਵਾਰੀ ਸਾਰਿਆਂ ਪ੍ਰਤੀ ਬਰਾਬਰ ਹੋ ਜਾਂਦੀ ਹੈ, ਮਗਰ ਇਸ ਮਿਨਿਸਟਰ ਨੇ ਆਪਦਾ ਐਟੀਟਿਊਡ ਹੀ ਸਪਸ਼ਟ ਕਰਤਾ, ਔਰ ਉਹੀ ਐਟੀਟਿਊਡ ਥੱਲੇ ਅਫਸਰਸ਼ਾਹੀ 'ਚ ਵੇਖਣ ਨੂੰ ਮਿਲ ਰਿਹਾ, ਭਾਵੇਂ ਉਹ SSP ਸਾਹਿਬ ਨੇ, DSP ਹੈ, ਭਾਵੇਂ ਥਾਣੇਦਾਰ। ਮੇਰੇ ਆਰੋਪ ਜਿਹੜੇ ਤੁਹਾਨੂੰ ਅੰਦਰ ਮੈਂ ਜਵਾਬ ਦੇ ਦਿੱਤੇ ਆ ਉਹ ਝੂਠੇ ਲਾਇਆ। ਮੈਂ ਵਿਦ ਡਾਕੂਮੈਂਟਰੀ ਉਹਦੇ 'ਤੇ ਉਹਦਾ ਜਵਾਬ ਦਿੱਤਾ, ਉਹਦਾ ਸਾਰਾ ਕੁਝ ਤੁਸੀਂ ਉਹਨੂੰ ਦੱਸਿਓ। ਮੈਂ ਇਹ ਪੁੱਛਣਾ ਚਾਹਾਂਗਾ, ਉਹਦੇ 'ਤੇ ਤੁਹਾਨੂੰ ਜੱਗੂ ਭਗਵਾਨਪੁਰੀਆ ਦੇ ਜਿਹੜੇ 44 ਕੇਸ ਨੇ, 29 ਉਹਦੇ ਕੇਸ ਇਹਦੇ ਆਪਣੇ ਇਲਾਕੇ 'ਚ ਹੋਏ ਨੇ। ਇਹਦਾ ਮਤਲਬ ਕਿ ਇਹਨੇ ਜੱਗੂ ਭਗਵਾਨਪੁਰੀਆ ਇਹਦਾ ਕਮਾਊ ਪੁੱਤਰ ਸੀਗਾ, ਉਹਦੇ ਰਾਹੀਂ ਐਕਸਟ੍ਰੋਸ਼ਨ ਕਰਦਾ ਰਿਹਾ, ਉਹਦੇ ਰਾਹੀਂ ਇਹ ਗੁੰਡਾਗਰਦੀ ਕਰਦਾ ਰਿਹਾ। ਅਤੇ ਸਭ ਤੋਂ ਵੱਡੀ ਗੱਲ ਜਿਹੜੀ ਆ ਕਿ ਵਿੱਕੀ ਗੌਂਡਰ ਜਿਹੜਾ ਸਰਾਵਾਂ ਬੋਦਲਾਂ ਦਾ ਰਹਿਣ ਵਾਲਾ, ਪ੍ਰਕਾਸ਼ ਸਿੰਘ ਬਾਦਲ ਦੇ ਇਲਾਕੇ ਦਾ ਰਹਿਣ ਵਾਲਾ, ਉਹਨੂੰ ਰਿਲੀਜ਼ ਕਰਾਉਣ 'ਚ ਪ੍ਰਕਾਸ਼ ਸਿੰਘ ਬਾਦਲ ਨੇ ਉਸ ਬੰਦੇ ਨੂੰ ਰਿਲੀਜ਼ ਕਰਾਇਆ ਇਲੈਕਸ਼ਨ ਜਿੱਤਣ ਲਈ। ਇਹਦਾ ਪ੍ਰਕਾਸ਼ ਸਿੰਘ ਬਾਦਲ ਜਵਾਬ ਦੇਵੇ ਕਿ ਉਹ ਵਿੱਕੀ ਗੌਂਡਰ ਜਿਹੜੀ ਇਹੋ ਜਿਹੀ ਜੇਲ੍ਹ ਆ, ਤੁਹਾਨੂੰ ਵੀ ਕਹਿੰਦੇ ਮੈਂ ADGP ਜੇਲ੍ਹ ਨਾਲ ਗੱਲ ਕਰਕੇ, ਔਰ ਅਸੀਂ ਦੇਖਾਂਗੇ ਕਿ ਤੁਹਾਨੂੰ ਜੇਲ੍ਹ ਵੀ ਦਿਖਾਵਾਂਗੇ ਕਦੀ, ਕਿ ਉਹ ਜੇਲ੍ਹ ਬ੍ਰੇਕ ਹੋ ਹੀ ਨਹੀਂ ਸਕਦੀ ਬਿਨਾਂ ਮੁੱਖ ਮੰਤਰੀ ਤੋਂ। ਪ੍ਰਕਾਸ਼ ਸਿੰਘ ਬਾਦਲ ਨੇ ਸਰਾਵਾਂ ਬੋਦਲਾਂ ਵਾਲੇ ਨੂੰ ਰਿਲੀਜ਼ ਕਰ ਲਈ ਕਿਉਂਕਿ ਉਹਨੂੰ ਪਤਾ ਸੀ ਕਿ ਗੁਰੂ ਦੀ ਬੇਅਦਬੀ ਹੋਣ ਕਰਕੇ ਮੇਰੀ ਹਾਰ ਹੋ ਸਕਦੀ ਆ। ਉਹਨੇ ਵਿੱਕੀ ਤੇ ਸਿੱਧੇ ਤੌਰ 'ਤੇ ਸਵਾਲ ਚੁੱਕੇ ਜਾ ਰਹੇ ਨੇ, ਖਾਸ ਤੌਰ 'ਤੇ ਬਿਕਰਮ ਮਜੀਠੀਆ ਅਤੇ ਦੂਸਰੇ ਪਾਸੇ ਸੁਖਜਿੰਦਰ ਰੰਧਾਵਾ। ਜੇਲ੍ਹਾਂ ਸਵਾਲਾਂ ਦੇ ਵਿੱਚ ਘੇਰੇ ਵਿੱਚ ਆ ਚੁੱਕੀਆਂ ਨੇ, ਖਾਸ ਤੌਰ 'ਤੇ ਜੱਗੂ ਭਗਵਾਨਪੁਰੀਆ ਦੀ ਗੱਲ ਕਰੀ ਜਾਵੇ, ਹਾਲਾਂਕਿ ਉਹ ਜੇਲ੍ਹ ਦੇ ਵਿੱਚ ਬੰਦ ਨੇ, ਅੰਮ੍ਰਿਤਸਰ ਜੇਲ੍ਹ ਦੇ ਵਿੱਚ ਬੰਦ ਨੇ, ਪਰ ਉਸ ਤੋਂ ਬਾਹਰ ਦੀ ਗੱਲ ਕਰੀਏ ਤਾਂ ਉਹਨਾਂ ਦੀ ਵੀਡੀਓ ਵਾਇਰਲ ਕਰਕੇ ਸਵਾਲ ਸਿੱਧੇ ਤੌਰ 'ਤੇ ਚੁੱਕੇ ਜਾ ਰਹੇ ਅਤੇ ਸੰਬੰਧ ਖਾਸ ਤੌਰ 'ਤੇ ਦੱਸੇ ਜਾ ਰਹੇ ਨੇ ਸੁਖਜਿੰਦਰ ਰੰਧਾਵਾ ਦੇ ਨਾਲ। ਇਸ ਬਾਬਤ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਪੱਤਰਕਾਰ ਰਾਜੇਸ਼ ਕੇਲਾ ਅੰਮ੍ਰਿਤਸਰ ਤੋਂ। ਰਾਜੇਸ਼ ਤੌਰ ਤੋਂ ਜਾਣਨਾ ਚਾਹਾਂਗੇ, ਫਿਲਹਾਲ ਦੀ ਗੱਲ ਕੀਤੀ ਜਾਵੇ ਤਾਂ ਜੱਗੂ ਭਗਵਾਨਪੁਰੀਆ ਜੋ ਕਿ ਜੇਲ੍ਹ ਦੇ ਵਿੱਚ ਬੰਦ ਹੈ, ਪਰ ਬਾਹਰ ਉਸਦੇ ਪੂਰੀ ਤਰ੍ਹਾਂ ਚਰਚੇ ਹੋ ਚੁੱਕੇ ਨੇ ਅਤੇ ਸਿਆਸਤ ਵੀ ਇਸ ਤਰ੍ਹਾਂ ਗਰਮਾ ਰਹੀ ਹੈ। ਬਿਲਕੁਲ, ਇਹ ਜਿਹੜਾ ਮਾਮਲਾ ਹੈ ਪੂਰੀ ਤਰ੍ਹਾਂ ਨਾਲ ਤੂਲ ਫੜਦਾ ਜਾ ਰਿਹਾ ਹੈ, ਜਿੱਥੇ ਆਪਸ ਦੇ ਵਿੱਚ ਵਿਵਾਦ ਹਨ, ਤਿੱਖੀ ਬਿਆਨਬਾਜ਼ੀ ਹੋ ਰਹੀ ਹੈ ਇੱਕ ਦੂਜੇ ਦੇ ਪਾਸੇ। ਉੱਥੇ ਜੇਲ੍ਹਾਂ ਜਿਹੜੀਆਂ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਪਹਿਲਾਂ ਵੀ ਸਨ, ਪਰ ਹੁਣ ਜ਼ਿਆਦਾ ਆ ਗਈਆਂ ਹਨ, ਕਿਉਂਕਿ ਜੱਗੂ ਭਗਵਾਨਪੁਰੀ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ, ਔਰ ਇਸ ਥਾਂ 'ਤੇ ਸੁਰੱਖਿਆ ਵਿਵਸਥਾ 'ਤੇ ਸਵਾਲ ਉੱਠੇ ਹਨ, ਸਵਾਲ ਚੁੱਕੇ ਗਏ ਹਨ, ਔਰ ਉਸ ਦੇ ਮੱਦੇਨਜ਼ਰ ਸੁਰੱਖਿਆ ਨੂੰ ਪੁਖਤਾ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਔਰ ਬਾਕਾਇਦਾ ਤੌਰ 'ਤੇ CRPF ਜਿਹੜੀ ਉਹ ਤੈਨਾਤ ਕੀਤੀ ਜਾ ਰਹੀ ਹੈ। ਇਹ ਤਮਾਮ ਪਹਿਲੂਆਂ ਤੇ ਗੌਰ ਕੀਤਾ ਜਾ ਰਿਹਾ ਹੈ, ਕਿਉਂਕਿ ਬਹੁਤ ਸਾਰੇ ਵੀਡੀਓਜ਼ ਜਿਹੜੇ ਸਾਹਮਣੇ ਆ ਰਹੇ ਹਨ, ਬਹੁਤ ਸਾਰੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਔਰ ਜੇਲ੍ਹ ਦੇ ਅੰਦਰ ਮੋਬਾਈਲ ਦਾ ਇਸਤੇਮਾਲ ਹੋਣਾ, ਜੇਲ੍ਹ ਦੇ ਅੰਦਰ ਹੋਰ ਕਈ ਚੀਜ਼ਾਂ ਦਾ ਜਿਹੜੀਆਂ ਗੈਰ ਕਾਨੂੰਨੀ ਹਨ ਉਹਨਾਂ ਦਾ ਇਸਤੇਮਾਲ ਹੋਣਾ, ਇਹ ਤਮਾਮ ਗੱਲਾਂ ਜਿਹੜੀਆਂ ਇਹ ਬਹੁਤ ਵੱਡੇ ਸਵਾਲ ਜੇਲ੍ਹ ਦੀ ਸੁਰੱਖਿਆ ਵਿਵਸਥਾ 'ਤੇ ਜਿਹੜੇ ਖੜੇ ਕਰਦੇ ਹਨ। ਖਾਸ ਤੌਰ 'ਤੇ ਇਹ ਸਹੂਲਤਾਂ ਜਦੋਂ ਗੈਂਗਸਟਰਸ ਨੂੰ ਮਿਲਦੀਆਂ ਹਨ ਤਾਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਪੈਟਰੋਨੇਜ ਹੈ, ਕੋਈ ਨਾ ਕੋਈ ਪਿੱਛੇ ਹੈ, ਹੱਥ ਹੈ ਕੋਈ ਨਾ ਕੋਈ, ਜਿਸ ਕਰਕੇ ਕਿ ਅਜਿਹੇ ਸਵਾਲ ਜਿਹੜੇ ਖੜੇ ਹੁੰਦੇ ਹਨ।
ਔਰ ਗੈਂਗਸਟਰ ਜਿਹੜੇ ਖੁੱਲ੍ਹੇ ਤੌਰ 'ਤੇ ਜੇਲ੍ਹਾਂ ਦੇ ਵਿੱਚੋਂ ਹੀ ਆਪਣੀਆਂ ਗੈਂਗਸ ਚਲਾਉਂਦੇ ਹਨ। ਔਰ ਜੱਗੂ ਭਗਵਾਨਪੁਰੀ ਦੀ ਜੇ ਗੱਲ ਕਰੀਏ ਤਾਂ ਉਹ ਕਈ ਵਾਰ ਪੇਸ਼ੀ ਪੁੱਕਣ ਆਉਂਦੇ ਹਨ, ਤਾਂ ਹਾਲਾਂਕਿ ਉਹਨਾਂ ਨਾਲ ਫੋਰਸ ਬਹੁਤ ਹੁੰਦੀ ਹੈ, ਉਸਦੇ ਨਾਲ ਉਹਦੇ ਆਲੇ ਆਲੇ ਦੁਆਲੇ ਫੋਰਸ ਬਹੁਤ ਹੁੰਦੀ ਹੈ, ਪਰ ਉਹਦੇ ਚਿਹਰੇ 'ਤੇ ਇੱਕ ਮੁਸਕਰਾਹਟ ਜਿਹੜੀ ਉਹ ਵੇਖਣ ਨੂੰ ਮਿਲਦੀ ਹੈ। ਕਈ ਵਾਰ ਇਹ ਅਸੀਂ ਤਮਾਮ ਮੀਡੀਆ ਵਾਲੇ ਦੇਖਦੇ ਹਾਂ ਕਿ ਉਹ ਜਦੋਂ ਵੀ ਆਉਂਦੇ ਹਨ ਪੇਸ਼ੀ ਪੁੱਕਣ ਵਾਸਤੇ, ਤਾਂ ਉਸ ਤੋਂ ਬਾਅਦ ਕਿਸ ਢੰਗ ਨਾਲ ਉਹ ਵਾਪਸ ਜਾਂਦਾ ਹੈ। ਨਰਕ ਧਰਤੀ ਤੇ ਮੰਨਿਆ ਜਾਂਦਾ ਹੈ, ਜਿਸ ਥਾਂ ਤੇ ਜਾਣਾ ਕੋਈ ਵੀ ਪਸੰਦ ਨਹੀਂ ਕਰਦਾ। ਔਰ ਖਾਸ ਤੌਰ ਤੇ ਜਿਹੜੇ ਗੈਂਗਸਟਰ ਹਨ, ਜਦੋਂ ਉਹਨਾਂ ਨੂੰ ਅੰਦਰ ਸਹੂਲਤਾਂ ਮਿਲਦੀਆਂ ਹਨ ਔਰ ਅੰਦਰ ਬੈਠ ਕੇ ਉਹਨਾਂ ਨੂੰ ਗੈਂਗ ਚਲਾਉਣ ਦੀ ਜਿਹੜੀ ਖੁੱਲ ਮਿਲਦੀ ਹੈ, ਕਿਉਂਕਿ ਬਹੁਤ ਸਾਰੀਆਂ ਵਾਰਦਾਤਾਂ ਅੰਮ੍ਰਿਤਸਰ ਦੇ ਵਿੱਚ ਹੋਈਆਂ, ਹੋਰ ਕਈ ਥਾਵਾਂ ਤੇ ਹੋਈਆਂ, ਜਿਸ ਤੇ ਬਾਅਦ ਜੱਗੂ ਭਗਵਾਨਪੁਰੀ ਦਾ ਨਾਂ ਸਾਹਮਣੇ ਆਉਂਦਾ ਰਿਹਾ। ਔਰ ਹਾਲਾਂਕਿ ਇਹ ਤਫਤੀਸ਼ੀ ਮਾਮਲਾ ਹੈ, ਬਹੁਤ ਸਾਰੀਆਂ ਤਫਤੀਸ਼ਾਂ ਚੱਲ ਵੀ ਰਹੀਆਂ ਹਨ, ਪਰ ਜਦੋਂ ਅਜਿਹੇ ਚਿਹਰੇ ਸਾਹਮਣੇ ਆਉਂਦੇ ਹਨ, ਜੇਲ੍ਹ ਤੋਂ ਬਾਹਰ ਵਿਅਕਤੀ ਨਿਕਲ ਕੇ ਅਜਿਹੇ ਚਿਹਰੇ ਨਾਲ ਮੁਸਕਰਾਉਂਦਾ ਹੈ, ਬਾਹਰ ਆਉਂਦਾ ਹੈ, ਤਾਂ ਉਹ ਚੀਜ਼ਾਂ ਜਿਹੜੀਆਂ ਹਨ ਕਈ ਚੀਜ਼ਾਂ ਦੇ ਸੰਕੇਤ ਦਿੰਦੀਆਂ ਹਨ ਕਿ ਜੇਲ੍ਹ ਦੇ ਅੰਦਰ ਕਿਸ ਤਰ੍ਹਾਂ ਦੇ ਹਾਲਾਤ ਹੋ ਸਕਦੇ ਹਨ। ਬਿਲਕੁਲ, ਖਾਸ ਤੌਰ ਤੇ ਅਗਰ ਜੇਕਰ ਗੱਲ ਜੇਲ੍ਹ ਦੀ ਹੈ ਤਾਂ ਫਿਰ ਸੁਧਾਰ ਦੇ ਲਈ ਭੇਜਿਆ ਜਾਂਦਾ ਹੈ, ਅਗਰ ਗੈਂਗਸਟਰ ਹੈ ਜਾਂ ਕੋਈ ਵੀ ਅਪਰਾਧੀ ਹੈ ਉਸਨੂੰ ਜੇਲ੍ਹ ਇਸ ਕਰਕੇ ਕੀਤੀ ਜਾਂਦੀ ਤਾਂ ਕਿ ਉਹ ਇਕੱਲਾ ਰਹਿ ਕੇ ਇੱਥੇ ਸੁਧਰ ਕੇ ਬਾਹਰ ਆ ਸਕੇ, ਪਰ ਅਜਿਹਾ ਨਹੀਂ ਜਾਪ ਰਿਹਾ। ਰਜੇ ਸਿੱਧੇ ਤੌਰ 'ਤੇ ਗੱਲ ਕਰੀਏ, ਜੇਲ੍ਹਾਂ ਦੇ ਵਿੱਚੋਂ ਜਿਸ ਤਰ੍ਹਾਂ ਮੋਬਾਈਲ ਫੋਨ ਮਿਲ ਰਹੇ ਨੇ, ਬਰਥਡੇ ਮਨਾਏ ਜਾ ਰਹੇ ਨੇ, ਸਭ ਉਹ ਰੌਣਕ ਨਜ਼ਰ ਆ ਰਹੀ ਹੈ ਜੇਲ੍ਹਾਂ ਵਿੱਚ ਜੋ ਆਮ ਬਾਹਰ ਜ਼ਿੰਦਗੀ ਦੇ ਵਿੱਚ ਅਤੇ ਇਕੱਠੇ ਹੋ ਕੇ, ਹਾਲਾਂਕਿ ਨਸ਼ਾ ਹਥਿਆਰ ਉਹ ਸਭ ਇੱਕ ਵੱਖਰਾ ਮਸਲਾ, ਉਹ ਵੀ ਚੁੱਕਾਂਗੇ। ਖਾਸ ਤੌਰ 'ਤੇ ਅੰਮ੍ਰਿਤਸਰ ਜੇਲ੍ਹ ਦੀ ਗੱਲ ਕਰੀਏ ਤਾਂ ਤੁਸੀਂ ਉੱਥੇ ਮੌਜੂਦ ਹੋ ਜੇਕਰ, ਤਾਂ ਤਸਵੀਰਾਂ ਅਸੀਂ ਵੇਖਣਾ ਚਾਹਾਂਗੇ ਕਿਸ ਤਰ੍ਹਾਂ ਦੀ ਸੁਰੱਖਿਆ ਇੱਥੇ ਤੈਨਾਤ ਹੈ। ਸਿਕਿਉਰਿਟੀ ਬੇਸਿਸ ਗੱਲ ਹੋ ਰਹੀ ਹੈ ਕਿਉਂਕਿ ਸਿਕਿਉਰਿਟੀ ਜਿਹੜੀ ਹੈ ਉੱਥੇ ਜ਼ੀਰੋ ਕਹੀ ਜਾ ਰਹੀ ਹੈ। ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜੇਲ੍ਹ ਜਿਹੜਾ ਵਿਭਾਗ ਹੈ ਇਸ ਵੇਲੇ ਸਭ ਤੋਂ ਵੱਡਾ ਵਿਸ਼ਾ ਬਣਿਆ ਹੋਇਆ ਕਾਨੂੰਨ ਵਿਵਸਥਾ। ਦੇਖੋ, ਜੇਲ੍ਹ ਕਾਫੀ ਅੱਗੇ ਹੈ, ਉਸ ਤੋਂ ਪਹਿਲਾਂ ਹੀ ਮੀਡੀਆ ਨੂੰ ਰੋਕ ਲਿਆ ਜਾਂਦਾ ਹੈ ਔਰ ਉਸ ਤੋਂ ਅੱਗੇ ਜਾਣ ਦੀ ਇਜਾਜ਼ਤ ਨਹੀਂ ਹੈ। ਜੇਲ੍ਹ ਦੇ ਅੰਦਰ ਦੀ ਸੁਰੱਖਿਆ ਵਿਵਸਥਾ ਜਿਹੜੀ ਹੈ ਜਾਂ ਉਸਦੇ ਬਿਲਕੁਲ ਬਾਹਰ ਦੀ ਸੁਰੱਖਿਆ ਵਿਵਸਥਾ ਹੈ, ਉਹ ਦਰਸ਼ਕਾਂ ਨੂੰ ਇਸ ਢੰਗ ਨਾਲ ਅਸੀਂ ਨਹੀਂ ਵਿਖਾ ਪਾਵਾਂਗੇ, ਪਰ ਜ਼ਾਹਿਰ ਤੌਰ ਤੇ ਸੁਰੱਖਿਆ ਵਿਵਸਥਾ ਦੇ ਵਿੱਚ ਜੋ ਹੈ ਤਬਦੀਲੀ ਕੀਤੀ ਜਾ ਰਹੀ ਹੈ ਉਸਦੇ ਵਿੱਚ, ਕਿਉਂਕਿ ਸਵਾਲ ਵੱਡੇ ਖੜੇ ਹੋ ਰਹੇ ਹਨ ਜਿਸ ਢੰਗ ਨਾਲ ਵੀਡੀਓਜ਼ ਸਾਹਮਣੇ ਆ ਰਹੀਆਂ ਹਨ ਔਰ ਸਿੱਧਾ ਨਿਸ਼ਾਨਾ ਜਿਹੜੀਆਂ ਜੇਲ੍ਹ ਮੰਤਰੀ ਹੈ, ਜੇਲ੍ਹਾਂ ਹਨ, ਔਰ ਇਸੇ ਕਰਕੇ ਇਸ ਪਾਸੇ ਵੱਲ ਖਾਸ ਤਵੱਜੋ ਦਿੱਤੀ ਜਾ ਰਹੀ ਹੈ ਕਿ ਆਪੋਜੀਸ਼ਨ ਨੂੰ ਨਿਸ਼ਾਨੇ ਸਾਧਨ ਦਾ ਮੌਕਾ ਨਾ ਮਿਲੇ, ਪਰ ਮੌਕਾ ਤਾਂ ਮਿਲਿਆ ਹੈ ਔਰ ਉਸੇ ਕਰਕੇ ਬਿਕਰਮ ਮਜੀਠੀਆ ਨੇ ਬਹੁਤ ਜ਼ੋਰ ਸ਼ੋਰ ਨਾਲ ਇਹ ਮੁੱਦਾ ਉਠਾਇਆ ਹੈ। ਬਿਲਕੁਲ ਠੀਕ ਹੈ ਰਾਜੇਸ਼, ਜੁੜੇ ਰਹੋ ਸਾਡੇ ਨਾਲ, ਸਵਾਲਾਂ ਹੋਰ ਬਹੁਤ ਸਾਰੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਇੱਥੇ ਸਵਾਲਾਂ ਦੇ ਘੇਰੇ ਵਿੱਚ ਆ ਚੁੱਕੀ ਹੈ ਜੇਲ੍ਹਾਂ। ਤਸਵੀਰਾਂ ਤੁਹਾਨੂੰ ਲਗਾਤਾਰ ਵਿਖਾ ਰਹੇ ਹਾਂ ਜੱਗੂ ਭਗਵਾਨਪੁਰੀਆ, ਜਿਸ ਮੁਸਕਰਾਹਟ ਦੀ ਸਾਡੇ ਪੱਤਰਕਾਰ ਗੱਲਬਾਤ ਕਰ ਰਹੇ ਸਨ, ਸ਼ਾਇਦ ਇਹ ਮੁਸਕਰਾਹਟ ਇਹਨਾਂ ਤਸਵੀਰਾਂ ਦੇ ਵਿੱਚ ਵੀ ਸਾਫ਼ ਤੌਰ 'ਤੇ ਅਸੀਂ ਵੇਖ ਸਕਦੇ ਹਾਂ, ਜਿਸ ਮੁਸਕਰਾਹਟ ਦੇ ਨਾਲ ਇੱਥੇ ਜਨਮ ਦਿਨ ਮਨਾਇਆ ਜਾ ਰਿਹਾ। ਸਿੱਧੇ ਤੌਰ 'ਤੇ ਸਵਾਲ ਇਹੀ ਉੱਠ ਰਿਹਾ ਕਿ ਜਿਨ੍ਹਾਂ ਨੂੰ ਸੁਧਾਰ ਘਰ ਦੇ ਵਿੱਚ ਯਾਨੀ ਕਿ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਹੈ ਤਾਂ ਕਿ ਸੁਧਾਰ ਕਰਕੇ ਗੈਂਗਸਟਰ ਬਾਹਰ ਆਉਣ, ਪਰ ਜੋ ਆਮ ਮਾਹੌਲ ਇਹਨਾਂ ਨੂੰ ਬਾਹਰ ਮਿਲੇਗਾ ਜਾਂ ਪਰਿਵਾਰਾਂ ਦੇ ਵਿੱਚ ਰਹਿਣਗੇ ਜਾਂ ਕਿਸੇ ਤਰੀਕੇ ਦੇ ਨਾਲ ਆਮ ਜ਼ਿੰਦਗੀ ਜਿਉਣਗੇ, ਉਹੀ ਜੇਕਰ ਜ਼ਿੰਦਗੀ ਜੇਲ੍ਹਾਂ ਦੇ ਵਿੱਚ ਜੀ ਰਹੇ ਨੇ, ਆ ਸਿੱਧਾ ਨੈਟਵਰਕ ਇਹਨਾਂ ਦਾ ਉਹਨਾਂ ਹੀ ਲੋਕਾਂ ਦੇ ਨਾਲ ਹੈ ਜਿਨ੍ਹਾਂ ਤੋਂ ਬਚਾਉਣ ਦੇ ਲਈ ਸਰਕਾਰ ਨੇ ਇਹਨਾਂ ਨੂੰ ਜੇਲ੍ਹ 'ਚ ਬੰਦ ਕੀਤਾ, ਪਰ ਵੱਡੇ ਸਵਾਲ ਤਾਂ ਖੜ੍ਹੇ ਹੋਣਾ ਲਾਜ਼ਮੀ ਹੈ ਫਿਰ ਕਿਸ ਤਰ੍ਹਾਂ ਇਹ ਸੁਧਰ ਸਕਦੇ ਨੇ ਜਾਂ ਸੁਧਾਰ ਹੋ ਸਕਦਾ ਇਹਨਾਂ ਦਾ, ਇਸੇ ਹੀ ਵੱਡੇ ਸਵਾਲ। ਅਨਮੋਲ ਗੁਲਾਟੀ ਵੀ ਸਾਡੇ ਨਾਲ ਲਗਾਤਾਰ ਮੌਜੂਦ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਅਨਮੋਲ, ਤੁਹਾਡੇ ਤੋਂ ਵੀ ਪੁੱਛਣਾ ਚਾਹਾਂਗੇ, ਫਿਲਹਾਲ ਜੋ ਸਵਾਲ ਆ ਚੁੱਕੇ ਗਏ ਨੇ ਮਜੀਠੀਆ ਦੇ ਵੱਲੋਂ, ਬਿਕਰਮ ਮਜੀਠੀਆ ਨੇ ਬਕਾਇਦਾ ਵੀਡੀਓ ਦਿਖਾ ਕੇ ਸਵਾਲ ਚੁੱਕੇ ਨੇ, ਕੀ ਕੁਝ ਕਹੋਗੇ ਫਿਲਹਾਲ ਦੀ ਸਥਿਤੀ ਦੀ ਗੱਲ ਕਰੀਏ ਤਾਂ?
ਕੋਸ਼ਿਸ਼ ਕਰਾਂਗੇ ਅਨਮੋਲ ਦੇ ਨਾਲ ਸੰਪਰਕ ਸਾਧਨ ਦੀ, ਪਰ ਫਿਲਹਾਲ ਸੰਪਰਕ ਵਿੱਚ ਸਮੱਸਿਆ, ਪਰ ਸਮੱਸਿਆਵਾਂ ਹੋਰ ਵੀ ਬਹੁਤ ਸਾਰੀਆਂ ਨੇ। ਸਮੱਸਿਆਵਾਂ ਇਹ ਵੀ ਨੇ ਕਿ ਜੇਲ੍ਹਾਂ ਦੇ ਹਾਲਾਤ ਕੀ ਨੇ, ਸਮੱਸਿਆਵਾਂ ਇਹ ਵੀ ਨੇ ਕਿ ਜੇਲ੍ਹਾਂ ਦੇ ਵਿੱਚ ਜੇਕਰ ਇਹ ਗੈਂਗਸਟਰ ਬੰਦ ਨੇ ਤਾਂ ਕਿਉਂ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਬੰਦ ਨਹੀਂ ਰੱਖਿਆ ਗਿਆ, ਕਿੱਥੋਂ ਇਹਨਾਂ ਕੋਲ ਫੋਨ ਆ ਜਾਂਦੇ ਨੇ, ਕਿੱਥੋਂ ਇਹਨਾਂ ਕੋਲ ਸਭ ਜਿਹੜੇ ਟੈਕਨੀਕਲ ਚੀਜ਼ ਆ ਜਾਂਦੀਆਂ ਨੇ, ਨੈੱਟ ਪੈਕ ਇਹਨਾਂ ਦੇ ਫੋਨਾਂ ਦੇ ਵਿੱਚ ਹੁੰਦਾ। ਸੋ ਬਹੁਤ ਸਾਰੇ ਵੱਡੇ ਸਵਾਲ ਜਿਸਦੇ ਰਾਹੀਂ ਲਾਈਵ ਹੁੰਦੇ ਨੇ ਫੇਸਬੁੱਕ 'ਤੇ, ਜਿਸਦੇ ਰਾਹੀਂ ਇਹ ਪੋਸਟਾਂ ਪਾਉਂਦੇ ਨੇ, ਵੀਡੀਓ ਸੈਂਡ ਕਰ ਦਿੰਦੇ ਨੇ, ਇਸ ਕਰਕੇ ਬਹੁਤ ਬੜੇ ਸਵਾਲ ਇੱਥੇ ਖੜੇ ਹੋਣਾ ਲਾਜ਼ਮੀ ਹੈ, ਜੋ ਕਿ ਬਿਕਰਮ ਮਜੀਠੀਆ ਵੱਲੋਂ ਚੁੱਕੇ ਗਏ ਨੇ। ਸੁਖਜਿੰਦਰ ਰਧਾਵਾ ਨੂੰ ਸਿੱਧੇ ਤੌਰ 'ਤੇ ਸਵਾਲਾਂ ਦੇ ਘੇਰੇ ਵਿੱਚ ਘੇਰਿਆ ਗਿਆ। ਅਨਮੋਲ ਦੇ ਨਾਲ ਕੋਸ਼ਿਸ਼ ਕਰਾਂਗੇ ਸੰਪਰਕ ਸਾਧਨ ਦੀ। ਅਨਮੋਲ, ਜੇਕਰ ਆਵਾਜ਼ ਪਹੁੰਚ ਰਹੀ ਹੈ, ਜਾਣਨਾ ਚਾਹਾਂਗੇ ਫਿਲਹਾਲ ਇਹ ਤਾਜ਼ਾ ਜਿਹੜੇ ਸਵਾਲਾਂ ਚੁੱਕੇ ਗਏ ਨੇ ਬਿਕਰਮ ਮਜੀਠੀਆ ਵਾਲਾ, ਕਿ ਲਗਾਤਾਰ 4 ਦਿਨਾਂ ਤੋਂ ਕਹਿ ਰਹੇ ਨੇ ਜੱਗੂ ਭਗਵਾਨਪੁਰੇ ਦੇ ਨਾਲ ਸੰਬੰਧ ਨੇ ਸੁਖਜਿੰਦਰ ਰੰਧਾਵਾ ਦੇ, ਫਿਲਹਾਲ ਕੀ ਕੁਝ ਕਹੋਗੇ? ਜੀ ਬਿਲਕੁਲ ਗੁਰਜੋਤ, ਜੇਕਰ ਸਵਾਲਾਂ ਦੀ ਗੱਲ ਕੀਤੀ ਜਾਵੇ ਜਿਹੜੇ ਕਿ ਵਿਕਰਮ ਸਿੰਘ ਮਜੀਠੀਆ ਵੱਲੋਂ ਸਰਕਾਰ ਦੇ ਉੱਤੇ ਸੁਖਜਿੰਦਰ ਸਿੰਘ ਰੰਧਾਵਾ ਦੇ ਉੱਤੇ ਸਿੱਧੇ ਤੌਰ 'ਤੇ ਚੁੱਕੇ ਜਾ ਰਹੇ ਨੇ, ਬੇਸਲੈਸ ਸਵਾਲ ਨਹੀਂ ਹੈਗੇ, ਇਹਨਾਂ ਦੇ ਪਿੱਛੇ ਤੱਥ ਵੀ ਹੈਗੇ, ਇਹਨਾਂ ਦੇ ਲਈ ਵੀਡੀਓਜ਼ ਵੀ ਜਿਹੜੀ ਕਿ ਨੇ ਵਿਕਰਮ ਸਿੰਘ ਮਜੀਠੀਆ ਦੁਆਰਾ ਦਿੱਤੀ ਗਈਆਂ ਨੇ, ਅਤੇ ਸਭ ਤੋਂ ਵੱਡੀ ਗੱਲ ਹੈ ਕਿ ਇਸ ਤੋਂ ਬਾਅਦ ਪ੍ਰਤੀਕਿਰਿਆ ਵੀ ਜਿਹੜੀ ਕਿ ਹੈ ਲਗਾਤਾਰ ਸਾਹਮਣੇ ਨਜ਼ਰ ਆ ਰਹੀ ਹੈ, ਕਿਉਂਕਿ ਜਦੋਂ ਤੋਂ ਇਹ ਖੁਲਾਸੇ ਕਰਨੇ ਸ਼ੁਰੂ ਹੋਏ ਸੀਗੇ ਇਹ ਨੈਕਸਸ ਬਾਰੇ, ਮਿਨਿਸਟਰ ਅਤੇ ਗੈਂਗਸਟਰ ਦਾ ਜਿਹੜਾ ਕਿ ਨੈਕਸਸ ਹੈ, ਇਸ ਨੈਕਸਸ ਨੂੰ ਜਦੋਂ ਦਾ ਐਕਸਪੋਜ਼ ਕਰਨਾ ਸ਼ੁਰੂ ਕੀਤਾ ਅਤੇ ਥ੍ਰੈਟਸ ਜਿਹੜੇ ਕਿ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਲਗਾਤਾਰ ਆਉਣੇ ਸ਼ੁਰੂ ਹੋ ਚੁੱਕੇ ਨੇ, ਫੇਸਬੁੱਕ ਰਾਹੀਂ, ਫੋਨਸ ਰਾਹੀਂ, ਅਤੇ ਕਿਤੇ ਨਾ ਕਿਤੇ ਜਿਹੜਾ ਕੀ ਹੈ ਰਿਐਕਸ਼ਨ ਇਹਦੇ ਉੱਤੇ ਪ੍ਰਤੀਕਿਰਿਆ ਆਉਂਦੀ ਨਜ਼ਰ ਆ ਰਹੀ ਹੈ। ਜਿਹੜਾ ਕਿ ਗੱਲ ਕੀਤੀ ਜਾ ਰਹੀ ਹੈ ਵਿਕਰਮ ਸਿੰਘ ਮਜੀਠੀਆ ਦੁਆਰਾ ਵਾਰ ਵਾਰ ਕਿ ਜੇਲ੍ਹ ਦੇ ਅੰਦਰ ਵੀ ਜੱਗੂ ਭਗਵਾਨਪੁਰੀਆ ਦੇ ਕੋਲ ਐਕਸੈਸ ਹੈਗਾ ਟੈਕਨੋਲੋਜੀ ਨੂੰ ਲੈ ਕੇ, ਇੰਟਰਨੈਟ ਨੂੰ ਲੈ ਕੇ, ਉਹ ਚੀਜ਼ ਸਾਹਮਣੇ ਆ ਰਹੀ ਹੈ ਕਿ ਜਿਹੜੇ ਕਿ ਜਿਸ ਤਰੀਕੇ ਦੇ ਨਾਲ ਬਾਹਰ ਇਹ ਪ੍ਰੈਸ ਕਾਨਫਰੰਸਿਸ ਹੁੰਦੀਆਂ ਨੇ, ਅੰਦਰ ਜੱਗੂ ਭਗਵਾਨਪੁਰੀਆ ਦੇ ਕੋਲ ਇਨਫੋਰਮੇਸ਼ਨ ਵੀ ਪਹੁੰਚਦੀ ਹੈ, ਅਤੇ ਉਸ ਤੋਂ ਬਾਅਦ ਜਿਹੜਾ ਕਿ ਉਹਦੀ ਪ੍ਰਤੀਕਿਰਿਆ ਵੀ ਉਹਦੇ ਸੋਸ਼ਲ ਮੀਡੀਆ 'ਤੇ, ਉਹਦੇ ਫੇਸਬੁੱਕ ਪੇਜ 'ਤੇ ਸਾਹਮਣੇ ਆਉਂਦੀ ਹੈ। ਤਾਂ ਕਿਤੇ ਨਾ ਕਿਤੇ ਵਿਡੰਬਣਾ ਵਾਲੀ ਗੱਲ ਹੈ ਕਿ ਸਾਡੀ ਜੇਲ੍ਹਾਂ ਦੇ ਅੰਦਰ ਤੋਂ, ਸਾਡੀ ਜੇਲ੍ਹਾਂ ਤੋਂ ਅੰਦਰ ਤੋਂ ਗੈਂਗਸਟਰਸ ਜਿਹੜੇ ਕਿ ਨੇ ਆਪਣੇ ਪੇਜਸ ਆਪਰੇਟ ਕਰ ਰਹੇ ਨੇ, ਆਪਣੇ ਗੈਂਗਸ ਨੂੰ ਆਪਰੇਟ ਕਰ ਰਹੇ ਨੇ, ਬਿਜ਼ਨਸ ਕਿਤੇ ਨਾ ਕਿਤੇ ਆਪਣਾ ਜਾਰੀ ਰੱਖਿਆ ਹੋਇਆ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਇੱਕ ਵੀਡੀਓ ਦਿਖਾਈ ਗਈ ਸੀ, ਉਸ ਵੀਡੀਓ ਦੇ ਅੰਦਰ ਪਰ ਰੇਡ ਜਿਹੜਾ ਕੀ ਹੈ $100 ਦਾ ਇਨਾਮ ਦਿੱਤਾ ਜਾ ਰਿਹਾ ਸੀਗਾ, ਵਿਨਰ ਟੀਮ ਨੂੰ ਨਹੀਂ ਬਲਕਿ ਪਰ ਰੇਡ ਜਿਹੜਾ ਕਿ ਬੰਦਾ ਕਿਸੇ ਵੀ ਟੀਮ ਦਾ ਜਿਹੜਾ ਕਿ ਜਿਹੜਾ ਕਿ ਪਲੇਅਰ ਹੁੰਦਾ ਉਸ ਪਰ ਰੇਡ ਉਹਨੂੰ $100 ਦਾ ਇਨਾਮ ਵੀ ਦਿੱਤਾ ਜਾ ਰਿਹਾ ਸੀਗਾ, ਅਤੇ ਅਨਾਊਂਸਮੈਂਟ ਕੀਤੀ ਜਾ ਰਹੀ ਸੀਗੀ ਕਿ ਜੱਗੂ ਭਗਵਾਨਪੁਰੀਆ ਦੇ ਨਾਂ ਤੋਂ ਇਹ ਜਿਹੜਾ ਕੀ ਹੈ ਅਵਾਰਡ ਦਿੱਤਾ ਜਾਊਗਾ, ਪ੍ਰਾਈਜ਼ ਮਨੀ ਦਿੱਤੀ ਜਾਊਗੀ। ਤਾਂ ਕਿਸ ਤਰੀਕੇ ਦੇ ਨਾਲ ਅੰਦਰ ਤੋਂ ਇੰਨਾ ਆਪਰੇਟ ਕਰ ਰਹੇ ਨੇ ਆਪਣੇ ਗੈਂਗ ਨੂੰ ਕਿ ਬਾਹਰ ਤੱਕ ਉਹਨਾਂ ਦੇ ਨਾਂ ਵੀ ਚੱਲ ਰਿਹਾ ਹੈ, ਉਹਨਾਂ ਦਾ ਫੇਸਬੁੱਕ ਪੇਜਸ ਵੀ ਚੱਲ ਰਹੇ ਨੇ, ਲੋਕਾਂ ਦੇ ਵਿੱਚ ਖੌਫ ਵੀ ਉਹਨਾਂ ਦਾ ਨਜ਼ਰ ਆ ਰਿਹਾ, ਅਤੇ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਨੇ ਕਿ ਜੇਲ੍ਹ ਦੇ ਅੰਦਰ ਬਿਨਾਂ ਸਰਕਾਰ ਦੇ ਕੋਆਪਰੇਸ਼ਨ ਦੇ, ਬਿਨਾਂ ਪੋਲੀਟੀਕਲ ਸਪੋਰਟ ਦੇ ਸ਼ਾਇਦ ਇਹ ਚੀਜ਼ ਬਿਲਕੁਲ ਵੀ ਮੁਮਕਿਨ ਨਹੀਂ ਹੋ ਸਕਦੀ, ਲੇਕਿਨ ਜਿਹੜੇ ਕਿ ਗੈਂਗਸ ਆਪਰੇਟ ਕਰ ਰਹੇ ਨੇ ਜੇਲ੍ਹ ਦੇ ਅੰਦਰ, ਕਿਤੇ ਨਾ ਕਿਤੇ ਸਰਕਾਰ ਦੀ ਕੋਤਾਹੀ ਜ਼ਰੂਰ ਹੈ, ਅੰਦਰ ਫੋਨਸ ਵੀ ਪਹੁੰਚ ਰਹੇ ਨੇ, ਅੰਦਰ ਹਥਿਆਰ ਵੀ ਪਹੁੰਚ ਰਹੇ ਨੇ, ਅਤੇ ਜਿਸ ਤਰੀਕੇ ਦੇ ਨਾਲ ਬਰਥਡੇ ਸੈਲੀਬ੍ਰੇਟ ਕੀਤਾ ਜਾ ਰਿਹਾ ਸੀਗਾ ਜੱਗੂ ਭਗਵਾਨਪੁਰੀਏ ਦਾ, ਉੱਥੇ ਵੀ ਅਸੀਂ ਵੇਖਿਆ ਕਿ ਫੋਨਸ ਵੀ ਨਜ਼ਰ ਆ ਰਹੇ ਨੇ, ਫੇਸਬੁੱਕ ਲਾਈਵ ਉੱਥੋਂ ਹੋ ਰਹੇ ਨੇ, ਅਤੇ ਵੱਡੀ ਗੱਲ ਇਹ ਹੈ ਕਿ ਫੇਸਬੁੱਕ ਲਾਈਵ ਜਦੋਂ ਹੁੰਦੇ ਨੇ ਆਪਣੇ ਪੇਜਸ 'ਤੇ ਐਕਟੀਵੇਟ ਹੁੰਦੇ ਨੇ, ਮੀਡੀਆ ਨੂੰ ਦਿਖ ਜਾਂਦਾ, ਆਮ ਜਨਤਾ ਨੂੰ ਦਿਖ ਜਾਂਦਾ, ਲੇਕਿਨ ਮਹਿਕਮੇ ਨੂੰ, ਪ੍ਰਸ਼ਾਸਨ ਨੂੰ, ਪੁਲਿਸ ਨੂੰ ਨਹੀਂ ਨਜ਼ਰ ਆ ਰਿਹਾ ਕਿ ਅੰਦਰ ਤੋਂ ਫੇਸਬੁੱਕ ਲਾਈਵ ਹੋ ਰਿਹਾ ਹੈ। ਚਾਹਾਂਗੀ ਸਵਾਲ ਜ਼ਰੂਰ ਬਣਦਾ, ਤੁਸੀਂ ਸਮੇਂ-ਸਮੇਂ ਤੇ ਗੱਲ ਕਰਦੇ ਰਹੇ ਹੋ ਸੁਖਜਿੰਦਰ ਰੰਧਾਵਾ ਦੇ ਨਾਲ, ਜੇਲ੍ਹਾਂ ਨੂੰ ਲੈ ਕੇ ਵੀ ਗੱਲ ਹੋਈ ਆ, ਹਮੇਸ਼ਾ ਕਹਿੰਦੇ ਰਹੇ ਨੇ ਕਿ ਦੁਬਾਰਾ ਸੁਰੱਖਿਆ ਵਧਾਈ ਜਾਏਗੀ, ਪੁਲਿਸ ਜਿਹੜੀ ਸਿਕਿਉਰਿਟੀ ਹਾਲਾਂਕਿ ਘੱਟ ਹੈ ਇਹ ਵੀ ਮੰਨਿਆ ਗਿਆ ਸੀਗਾ। ਇਸ ਤੋਂ ਇਲਾਵਾ ਜੇਲ੍ਹਾਂ ਦੇ ਜਿਹੜੇ ਸੁਪਰਡੈਂਟ ਨੇ ਉਹ ਰਲੇ ਮਿਲੇ ਹੁੰਦੇ ਨੇ, ਮੋਬਾਈਲ ਫੋਨ ਉਹ ਅੰਦਰ ਤਸਕਰੀ ਕਰਦੇ ਨੇ। ਸੋ ਕੁੱਲ ਮਿਲਾ ਕੇ ਤੁਸੀਂ ਸਵਾਲਾਂ ਕੀਤੇ ਸੀਗੇ, ਇਸ ਤੋਂ ਪਹਿਲਾਂ ਵੀ ਗੱਲਬਾਤ ਕੀਤੀ ਸੀ, ਤਾਂ ਉਹ ਤਰਕ ਦਿੰਦੇ ਨਜ਼ਰ ਆਉਂਦੇ ਨੇ, ਕੀ ਲੱਗਦਾ ਕਦੋਂ ਇਸ 'ਤੇ ਕੰਮ ਹੋਣਾ ਸ਼ੁਰੂ ਹੋਏਗਾ? ਹੱਦ ਹੋ ਗਈ ਹੈ ਹੁਣ ਤਾਂ, ਇਹ ਕਹਿਣ ਦੇ ਵਿੱਚ ਕੋਈ ਦੋ ਰਾਏ ਨਹੀਂ।
ਨਹੀਂ ਹੈ। ਜਿਸ ਤਰੀਕੇ ਦੇ ਨਾਲ 3-4 ਫੋਨ ਇੱਥੇ ਘੱਟੋ ਘੱਟ ਨਜ਼ਰ ਆ ਰਹੇ ਨੇ, ਜੋ ਵੀਡੀਓ ਹੈ ਜੱਗੂ ਭਗਵਾਨਪੁਰੇ ਦੀ ਸਾਹਮਣੇ ਆਈ ਹੈ। ਜੀ ਗੁਰਜੋਤ, ਲਗਾਤਾਰ ਫੋਨਸ ਅੰਦਰ ਨਜ਼ਰ ਆ ਰਹੇ ਨੇ, ਲਗਾਤਾਰ ਬਾਰ ਬਾਰ ਅੰਦਰ ਤੋਂ ਇਨਫੋਰਮੇਸ਼ਨ ਆਉਂਦੀ ਹੈ ਕਿ ਹਥਿਆਰ ਵੀ ਅੰਦਰ ਪਹੁੰਚ ਰਹੇ ਨੇ, ਗੈਂਗਸ ਆਪਰੇਟ ਕਰ ਰਹੇ ਨੇ। ਅਤੇ ਜਿਵੇਂ ਕਿ ਤੁਸੀਂ ਸਵਾਲ ਪੁੱਛਿਆ ਕਿ ਕਦੋਂ ਇਹ ਜਿਹੜੀ ਕੀ ਹੈ ਕੋਤਾਹੀ ਜਿਹੜੀ ਕਿ ਸਰਕਾਰ ਵਰਤ ਰਹੀ ਹੈ ਇਹਨੂੰ ਛੱਡੇਗੀ, ਇਹਦਾ ਸਵਾਲ, ਇਹਦਾ ਜਵਾਬ ਸ਼ਾਇਦ ਸਾਡੇ ਕੋਲ ਹਜੇ ਵੀ ਨਹੀਂ ਹੈਗਾ, ਕਿਉਂਕਿ ਅਗਰ ਜੇਕਰ ਗੱਲ ਕੀਤੀ ਜਾਵੇ ਸੁਖਜਿੰਦਰ ਰੰਧਾਵਾ ਦੀ, ਸੁਖਜਿੰਦਰ ਰੰਧਾਵਾ ਨੇ ਕਹਿਣਾ ਕਿ ਜੇਲ੍ਹ ਸੁਪਰਿਟੈਂਡੈਂਟ ਰਲੇ ਹੋਏ ਨੇ, ਇਹਦਾ ਮਤਲਬ ਦੋ ਤਰੀਕੇ ਦੇ ਨਾਲ ਇਹਦਾ ਕੰਕਲੂਜਨ ਕੱਢਿਆ ਜਾ ਸਕਦਾ ਹੈ। ਜਾਂ ਤਾਂ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕਿ ਨੇ ਉਹ ਗੈਂਗਸਟਰਸ ਦੇ ਨਾਲ ਰਲੇ ਹੋਏ ਨੇ, ਜਿਸ ਜੇ ਜੋ ਕਿ ਸ਼੍ਰੋਮਣੀ ਅਕਾਲੀ ਦਲ ਦਾ ਵੀ ਕਹਿਣਾ। ਅਤੇ ਦੂਜੇ ਪਾਸੇ ਅਗਰ ਵੇਖਿਆ ਜਾਵੇ ਤਾਂ ਆਪਣੇ ਜੇਲ੍ਹ ਸੁਪਰਿਟੈਂਡੈਂਟਸ ਦੇ ਉੱਤੇ ਸੁਖਜਿੰਦਰ ਸਿੰਘ ਰੰਧਾਵਾ ਦਾ ਕੋਈ ਕੰਟਰੋਲ ਨਹੀਂ ਹੈ, ਇਹ ਵੀ ਚੀਜ਼ ਨਜ਼ਰ ਆ ਰਹੀ ਹੈ। ਅਤੇ ਇਹ ਦੋ ਚੀਜ਼ਾਂ ਨੇ, ਇਹ ਦੋਨਾਂ ਚੀਜ਼ਾਂ 'ਚ ਦੋਨਾਂ ਚੀਜ਼ਾਂ ਵਿੱਚੋਂ ਕੋਈ ਵੀ ਇੱਕ ਹੋਵੇ, ਅਨਮੋਲ, ਉਹ ਤਾਂ ਸਵਾਲ ਹੀ ਨਹੀਂ ਚੁੱਕਣ ਦਿੰਦੇ। ਉਹ ਤਾਂ ਇਹ ਵੀ ਕਹਿੰਦੇ ਨੇ ਅੰਦਰ ਦੁੱਧ ਵੀ ਜਾ ਰਿਹਾ, ਅੰਦਰ ਘਿਓ ਵੀ ਜਾ ਰਿਹਾ, ਜੇ ਹਥਿਆਰ ਜਾ ਰਹੇ ਨੇ ਅੰਦਰ, ਜੇ ਮੋਬਾਈਲ ਜਾ ਰਹੇ ਨੇ ਤਾਂ ਦੁੱਧ ਵੀ ਜਾ ਰਿਹਾ, ਘਿਓ ਵੀ ਜਾ ਰਿਹਾ। ਸੋ ਉਹਦੇ ਨਾਲ ਕਿੱਦਾਂ ਅਸੀਂ ਕੰਪੇਅਰ ਕਰ ਸਕਦੇ ਹਾਂ? ਸਵਾਲ ਤਾਂ ਉਹਨਾਂ ਨੂੰ ਪੁੱਛਣਾ ਪਏਗਾ ਨਾ ਕਿ ਕੌਣ ਇਸਦਾ ਜ਼ਿੰਮੇਵਾਰ ਹੈ। ਅੱਜ ਇਹ ਮਸਲਾ ਨਹੀਂ ਹੈ ਜੇ ਕਹਿ ਕੇ ਜਵਾਬ ਦੇ ਕੇ ਬਚ ਜਾਣਗੇ ਕਿ ਅਸੀਂ ਸਿਕਿਉਰਿਟੀ ਲਗਾ ਦਾਂਗੇ ਜਾਂ ਸਭ ਕੁਝ ਹੱਲ ਹੋ ਜਾਏਗਾ। ਲੰਬੇ ਸਮੇਂ ਤੋਂ ਮਸਲਾ ਚੱਲਦਾ ਆ ਰਿਹਾ, ਹਰ ਵਾਰ ਉਹ ਇਹ ਜਵਾਬ ਦੇ ਦਿੰਦੇ ਨੇ ਕਿ ਕੁਝ ਸਵਾਲ ਤਾਂ ਜ਼ਰੂਰ ਉਹਨਾਂ ਨੂੰ ਪੁੱਛਣੇ ਚਾਹੀਦੇ ਵਾਕਈ, ਔਰ ਖਾਸ ਤੌਰ ਤੇ ਸ਼ਾਇਦ ਅੱਜ ਵਿਸ਼ੇਸ਼ ਇਜਲਾਸ ਦੇ ਵਿੱਚ ਵੀ ਇਹ ਸਵਾਲ ਪੁੱਛੇ ਜਾਣਗੇ, ਜ਼ਰੂਰ ਚੁੱਕਣਗੇ ਮੁੱਦਾ ਅਕਾਲੀ ਦਲ ਵਫਦ ਦੇ ਵੱਲੋਂ। ਬਿਲਕੁਲ ਗੁਰਜੋਤ, ਬਿਲਕੁਲ, ਜਿਵੇਂ ਕਿ ਤੁਸੀਂ ਕਿਹਾ ਕਿ ਸਰਕਾਰ ਵੱਲੋਂ ਜਵਾਬ ਦਿੱਤਾ ਜਾਂਦਾ ਹੈ ਕਿ ਅੰਦਰ ਦੁੱਧ ਵੀ ਪਹੁੰਚਾਇਆ ਜਾ ਰਿਹਾ, ਅੰਦਰ ਘਿਓ ਵੀ ਪਹੁੰਚਾਇਆ ਜਾ ਰਿਹਾ, ਲੇਕਿਨ ਆਬਜੈਕਸ਼ਨੇਬਲ ਆਰਟੀਕਲਸ ਕੀ ਨੇ? ਦੁੱਧ ਤੇ ਘਿਓ ਸ਼ਾਇਦ ਆਬਜੈਕਸ਼ਨੇਬਲ ਆਰਟੀਕਲ ਨਹੀਂ ਹੈਗੇ, ਜੇਕਰ ਗੱਲ ਕੀਤੀ ਜਾਵੇ ਹਥਿਆਰਾਂ ਦੀ, ਜੇਕਰ ਗੱਲ ਕੀਤੀ ਜਾਵੇ ਨਸ਼ਿਆਂ ਦੀ, ਜੇਕਰ ਗੱਲ ਕੀਤੀ ਜਾਵੇ ਫੋਨਸ ਦੀ। ਜੇ ਆਪਾਂ ਜੇ ਜੇਲ੍ਹ ਦੀ ਸਜ਼ਾ ਨੂੰ ਵੇਖਿਆ ਜਾਵੇ ਤਾਂ ਜੇਲ੍ਹ ਦੀ ਸਜ਼ਾ ਇਹੋ ਜਿਹੀ ਹੁੰਦੀ ਹੈ ਕਿ ਇਨ ਸਭ ਚੀਜ਼ਾਂ ਤੋਂ ਦੂਰ ਕਰ ਦਿੱਤਾ ਜਾਂਦਾ ਕਿਸੇ ਨੂੰ ਵੀ ਪਨਿਸ਼ਮੈਂਟ ਦੇ ਦੌਰਾਨ, ਲੇਕਿਨ ਇਹ ਪਨਿਸ਼ਮੈਂਟ ਨਹੀਂ ਹੋਈ ਜੇ ਅਗਰ ਅੰਦਰ ਜੇਲ੍ਹ ਦੇ ਅੰਦਰ ਜਿਹੜੇ ਕਿ ਕੈਦੀ ਨੇ, ਜਿਹੜੇ ਕਿ ਸਜ਼ਾ ਕਾਟ ਰਹੇ ਨੇ, ਉਹਨਾਂ ਦੇ ਕੋਲ ਫੋਨਸ ਵੀ ਹੈਗੇ, ਉਹਨਾਂ ਦੇ ਕੋਲ ਨਸ਼ੇ ਵੀ ਹੈਗੇ, ਉਹਨਾਂ ਦੇ ਕੋਲ ਹਥਿਆਰ ਵੀ ਹੈਗੇ, ਗੈਂਗਸ ਨੂੰ ਆਪਣੇ ਆਪਰੇਟ ਕਰ ਰਹੇ ਨੇ, ਸੋਸ਼ਲ ਮੀਡੀਆ ਨੂੰ ਆਪਰੇਟ ਕਰ ਰਹੇ ਨੇ, ਤਾਂ ਕਿਤੇ ਨਾ ਕਿਤੇ ਇਹਨੂੰ ਪਨਿਸ਼ਮੈਂਟ ਨਹੀਂ ਮੰਨਿਆ ਜਾ ਸਕਦਾ। ਇਹ ਤਾਂ ਉਹਨਾਂ ਲਈ ਵੀ ਸ਼ਾਇਦ ਇੱਕ ਵੈਕੇਸ਼ਨ ਦੇ ਤਰੀਕੇ ਦੇ ਨਾਲ ਕਿਹਾ ਜਾ ਸਕਦਾ ਕਿ ਅੰਦਰ ਜਿਹੜੇ ਕਿ ਕੈਦੀ ਨੇ ਉਹ ਇੰਜੋਏ ਕਰ ਰਹੇ ਨੇ। ਅਤੇ ਨਾਲੇ ਜਿਵੇਂ ਕਿ ਤੁਸੀਂ ਕਿਹਾ ਕਿ ਹੋਰ ਵੀ ਚੀਜ਼ਾਂ ਪਹੁੰਚਾਈ ਜਾ ਰਹੀਆਂ ਨੇ, ਹੋਰ ਵੀ ਚੀਜ਼ਾਂ ਦੇ ਵਿੱਚ ਆਬਜੈਕਸ਼ਨੇਬਲ ਕੀ ਕੁਛ ਹੈ? ਆਬਜੈਕਸ਼ਨੇਬਲ ਆਰਟੀਕਲਸ ਨੇ ਹਥਿਆਰ, ਆਬਜੈਕਸ਼ਨੇਬਲ ਆਰਟੀਕਲਸ ਨੇ ਨਸ਼ੇ, ਆਬਜੈਕਸ਼ਨੇਬਲ ਆਰਟੀਕਲਸ ਨੇ ਫੋਨਸ, ਅਤੇ ਇਹ ਆਬਜੈਕਸ਼ਨੇਬਲ ਆਰਟੀਕਲਸ ਅੰਦਰ ਪਹੁੰਚਾਏ ਜਾ ਰਹੇ ਨੇ। ਨਾਲ ਕਿ ਜਿਵੇਂ ਕਿ ਤੁਸੀਂ ਕਿਹਾ ਕਿ ਜਵਾਬ ਸ਼ਾਇਦ ਸਰਕਾਰ ਦੁਆਰਾ ਨਹੀਂ ਦਿੱਤਾ ਜਾ ਰਿਹਾ, ਲਗਾਤਾਰ ਸ਼੍ਰੋਮਣੀ ਅਕਾਲੀ ਦਲ ਪੁੱਛਦੀ ਆਈ ਹੈ, ਲਗਾਤਾਰ ਵਿਰੋਧੀ ਧਿਰ ਇਹ ਸਵਾਲ ਚੁੱਕਦਾ ਹੈ ਕਿ ਅੰਦਰ ਕਿਉਂ ਇਹ ਸਾਰੀ ਚੀਜ਼ਾਂ ਪਹੁੰਚ ਰਹੀਆਂ ਨੇ, ਭਾਵੇਂ ਗੱਲ ਕੀਤੀ ਜਾਵੇ ਫੋਨਸ ਦੀ, ਹਥਿਆਰਾਂ ਦੀ, ਲੇਕਿਨ ਸਰਕਾਰ ਦੁਆਰਾ ਕੋਈ ਕਿਹਾ ਜਾ ਸਕਦਾ ਕੋਈ ਸਪਸ਼ਟ, ਕੋਈ ਸੈਟਿਸਫੈਕਟਰੀ ਜਵਾਬ ਜਿਹੜਾ ਕੀ ਹੈ ਉਹ ਨਹੀਂ ਦਿੱਤਾ ਜਾ ਰਿਹਾ। ਬਿਲਕੁਲ, ਵਾਕਈ ਵੱਡਾ ਸਵਾਲ ਹੈ। ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਅਨਮੋਲ ਸਾਡੇ ਨਾਲ ਜੁੜਨ ਦੇ ਲਈ, ਸਾਰੀ ਗੱਲਬਾਤ ਕਰਨ ਦੇ ਲਈ। ਸੋ ਕੁੱਲ ਮਿਲਾ ਕੇ ਸਵਾਲਾਂ ਦਾ ਜਵਾਬ ਕਦੋਂ ਮਿਲੇਗਾ? ਸੋ ਪੁੱਛਿਆ ਜਾਣਾ ਇੱਥੇ ਫਰਜ਼ ਬਣਦਾ, ਪਰ ਜਵਾਬ ਜਿਹੜੇ ਨੇ ਉਹ ਨਹੀਂ ਲੱਗਦਾ ਕਿ ਫਰਜ਼ ਬਣਦਾ ਕਿ ਜਵਾਬ ਜਦੋਂ ਦਿੱਤੇ ਜਾਣ। ਸਿੱਧੇ ਤੌਰ 'ਤੇ ਜੱਗੂ ਭਗਵਾਨਪੁਰੀਆ ਸਵਾਲਾਂ ਦੇ ਘੇਰੇ ਵਿੱਚ ਲਗਾਤਾਰ, ਜੇਲ੍ਹਾਂ ਸਵਾਲਾਂ ਦੇ ਘੇਰੇ ਵਿੱਚ ਲਗਾਤਾਰ, ਪਰ ਇਹ ਕਹਿ ਕੇ ਟਾਲ ਦਿੱਤਾ ਜਾਂਦਾ ਜੇਕਰ ਪੱਤਰਕਾਰਾਂ ਦੀ ਗੱਲ ਜਾਂ ਟੀਮ ਦੀ ਗੱਲ ਕੀਤੀ ਜਾਵੇ, ਜਦੋਂ ਟੀਮ ਉਹਨਾਂ ਨੂੰ ਸਵਾਲ ਪੁੱਛਦੀ ਹੈ ਕਿ ਕਿਆ ਤੁਸੀਂ ਸਿਕਿਉਰਿਟੀ ਕਦੋਂ ਦਊਂਗੇ, ਕਦੋਂ ਤੱਕ ਇਹ ਨਿਸ਼ਚਿਤ ਹੋ ਸਕੇਗਾ ਕਿ ਅਜਿਹੇ ਹਾਲ ਜਿਹੜੇ ਨੇ ਉਹ ਠੀਕ ਹੋ ਜਾਣਗੇ ਜੇਲ੍ਹਾਂ ਵਿੱਚ? ਕਿਉਂਕਿ ਉੱਥੇ ਰਾੜਾਂ ਦੇ ਨਾਲ ਕਤਲ ਵੀ ਹੋ ਰਿਹਾ, ਤਸਕਰੀ ਵੀ ਹੋ ਰਹੀ ਹੈ, ਨਸ਼ੇ ਦੀ ਫੋਨ ਵੀ ਜਿਹੜੇ ਨੇ ਆਸਾਨੀ ਨਾਲ ਜਾ ਰਹੇ ਨੇ, ਅਤੇ ਨਾਲ ਹੀ ਲਾਈਵ ਹੋ ਕੇ ਉੱਥੇ ਪੋਸਟਾਂ ਵੀ ਪੈ ਰਹੀਆਂ ਨੇ। ਸਿੱਧੇ ਤੌਰ 'ਤੇ ਨੈੱਟ ਪੈਕ ਵੀ ਜਿਹੜੇ ਉਹਨਾਂ ਦੇ ਰੀਚਾਰਜ ਹੋ ਰਹੇ ਨੇ, ਸੋ ਸਭ ਕੁਛ ਹੋ ਰਿਹਾ ਜੇਲ੍ਹਾਂ ਵਿੱਚ, ਪਰ ਸਿਰਫ ਅਤੇ ਸਿਰਫ ਇੱਕ ਜਿਹੜਾ ਉਹ ਮੁੱਖ ਕੰਮ ਹੋਣਾ ਚਾਹੀਦਾ ਉਹ ਨਹੀਂ ਹੋ ਰਿਹਾ, ਇੱਥੇ ਕੰਟਰੋਲ ਨਹੀਂ ਹੋ ਰਿਹਾ, ਇੱਥੋਂ ਦੀ ਹਾਲਾਤ ਜਿਹੜੇ ਆ ਉਹਨਾਂ ਨੂੰ ਸਾਫ ਤੌਰ 'ਤੇ ਕੰਟਰੋਲ ਨਹੀਂ ਕੀਤਾ ਜਾ ਰਿਹਾ। ਸੋ ਵੱਡੇ ਸਵਾਲ ਖੜ੍ਹੇ ਹੋ ਰਹੇ ਨੇ, ਜੇਲ੍ਹਾਂ ਦੇ ਅੰਦਰ ਫੋਨ ਕਿਸ ਤਰੀਕੇ ਦੇ ਨਾਲ ਪਹੁੰਚ ਜਾਂਦੇ ਨੇ ਅਤੇ ਕਿਉਂ ਪਹੁੰਚ ਜਾਂਦੇ ਨੇ? ਜੇਲ੍ਹ ਪ੍ਰਸ਼ਾਸਨ ਇੱਥੇ ਕੋਤਾਹੀ ਕਿਉਂ ਵਰਤ ਰਿਹਾ?
ਸਿੱਧਾ ਸਵਾਲ ਹੈ ਜਿਹੜਾ ਖੜਾ ਹੁੰਦਾ ਹੈ ਅਤੇ ਇਸਦਾ ਜਵਾਬ ਜਿਹੜਾ ਹੈ ਉਹ ਦੇਣਾ ਹੀ ਪਏਗਾ ਸਰਕਾਰ ਨੂੰ।